विजडम इमिग्रेशन कंसल्टेंसी लेके आ रहा है कैनेडा एजुकेशन फेयर अते एडमिशन्स वर्कशॉप। यही सही वक्त है जब तुसी वक-वक खेत्रां विच जिवें के आर्ट्स मैनेजमेंट बैंकिंग इंजीनियरिंग मेडिकल डिजाइनिंग हॉस्पिटैलिटी अते रिसर्च विच बेस्ट कोर्सेज सिलेक्ट करके अपना करियर बना सकते हो। पर विदेशां च रह के पढ़ना तुहानू महंगा ना पवे, इस लई कोऑपरेटिव स्टडी यानी के पढ़ाई दे नाल नाल कमाई करके अपने खर्चे कढ़न दी ते पढ़ाई तो बाद पीआर लैण दे वक-वक तरीकियां दी जानकारी होनी चाहिए है ते इस लई तुहानू सही वीजा गाइडेंस ते हर तरह दी कानूनी जानकारी दी सख्त जरूरत है जो कि तुहानू कैनेडा ते भारत सरकार तो मंजूर शुदा ते ICCRC दे मेंबर मिस्टर इशवेंदर वड़ैच तो मिल सकती है। तुसी आईएलटीएस प्लस 2 डिप्लोमा ते डिग्री दे रिजल्ट्स तो बिना भी ऑफर लेटर लई अप्लाई कर सकते हो। प्लस 2 पास या कर रहे स्टूडेंट्स लई कैनेडा दे बेस्ट कॉलेजेस एंड यूनिवर्सिटीज जिवें कि सेंट लॉरेंस कॉलेज, सेलकर्क कॉलेज, नॉर्दर्न लाइट्स कॉलेज, केप ब्रिटोन यूनिवर्सिटी, कॉलेज ऑफ द रॉकीज, लेकलैंड कॉलेज ते पार्कलैंड कॉलेज विच पढ़न दा सुनहरी मौका है। सो 19 मई नूं अपने एकेडमिक दस्तावेज ते पेरेंट्स नाल विजडम पहुंचो ते अपने सुपनियां वल इक कदम वधाओ। ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਦੇ ਵਿੱਚ ਅੱਜ ਦੇ ਸਪੈਸ਼ਲ ਸ਼ੋਅ 'ਚ ਸਵਾਗਤ ਹੈ ਜੀ। ਸਪੈਸ਼ਲਿਸਟ ਕਰਕੇ ਕਿ ਅਸੀਂ ਕੈਨੇਡਾ ਨੂੰ ਡੈਡੀਕੇਟਡ ਕਰਨ ਜਾ ਰਹੇ ਹਾਂ। ਜਿਹੜੇ ਵਿਦਿਆਰਥੀ ਸਿਰਫ ਕੈਨੇਡਾ ਜਾਣ ਦੇ ਚਾਹਵਾਨ ਨੇ ਪਲੱਸ 2 ਔਰ ਗ੍ਰੈਜੂਏਸ਼ਨ ਤੋਂ ਬਾਅਦ, ਬਹੁਤ ਸਾਰੇ ਸਵਾਲ ਤੁਹਾਡੇ ਫੇਸਬੁੱਕ 'ਤੇ ਆਏ ਨੇ, ਕੁਝ ਸਵਾਲ ਮੈਂ ਆਪਣੇ ਵੱਲੋਂ ਲਿਖੇ ਨੇ, ਕੁਝ ਸਵਾਲ ਸ਼ਵਿੰਦਰ ਜੀ ਲੈ ਕੇ ਨੇ, ਲਵਜੀਤ ਜੀ ਲੈ ਕੇ ਨੇ। ਸੋ ਸਾਂਝੇ ਰੂਪ ਦੇ ਵਿੱਚ ਇੱਕ ਪ੍ਰੋਗਰਾਮ ਔਰਗਨਾਈਜ਼ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਪਲੱਸ 2 ਔਰ BA ਕਿਸੇ ਤਰ੍ਹਾਂ ਦਾ ਬੱਚਾ ਹੈ, ਕਮਰਸ ਹੈ, ਚਾਹੇ ਤੁਹਾਡਾ ਮੈਡੀਕਲ ਲਾਈਨ ਹੈਗੀ ਹੈ, ਚਾਹੇ ਬੰਦ ਤੁਸੀਂ BA ਕੀਤੀ ਹੈ। ਬਹੁਤ ਸਾਰੇ ਬੱਚਾ ਸਵਾਲ ਪੁੱਛਦਾ ਜੀ, ਸਾਲ ਹੋ ਗਿਆ, 2 ਸਾਲ ਹੋ ਗਏ BA ਕੀਤੀ ਨੂੰ, ਕੀ ਮੈਂ ਵਿਦੇਸ਼ ਜਾ ਸਕਦਾ। ਸੋ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਇਸ ਮੰਚ ਦੇ ਉੱਪਰ ICCRC ਮੈਂਬਰ ਸ਼ਵਿੰਦਰ ਵੜੈਜ ਦੇ ਨਾਲ ਲਵਜੀਤ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾਂ ਦਾ ਜੀ। ਥੈਂਕ ਯੂ, ਥੈਂਕ ਯੂ। ਸ਼ਵਿੰਦਰ ਜੀ, ਤੁਹਾਡੇ ਵੱਲ ਮੈਂ ਇਸ ਵਕਤ ਆਉਂਗਾ। ਤਕਰੀਬਨ ਤੁਸੀਂ ਕਹਿ ਲਓ ਕਿ ਮਈ ਦੇ ਅੱਧ ਦੇ ਵਿੱਚ ਅਸੀਂ ਬੈਠੇ ਹੈਗੇ ਹਾਂ ਕਿ ਹੁਣ ਕਦੋਂ ਤੱਕ ਬੱਚਿਆਂ ਨੂੰ ਆਫਰ ਲੈਟਰ ਦੀਆਂ ਆਪਣੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ। ਬੜੇ ਬੱਚੇ ਇਸ ਭੁਲੇਖੇ 'ਚ ਰਹਿੰਦੇ ਨੇ ਕਿ ਮੇਰਾ ਆਇਲਸ ਨਹੀਂ ਹੋਇਆ, ਮੇਰਾ ਪਾਸਪੋਰਟ ਨਹੀਂ ਬਣਿਆ, ਮੇਰਾ ਰਿਜ਼ਲਟ ਨਹੀਂ ਆਇਆ। ਕੰਡੀਸ਼ਨਲ ਆਫਰ ਲੈਟਰ ਦੀਆਂ ਕੀ ਸ਼ਰਤਾਂ ਨੇ ਇਸ ਵਕਤ? ਰਣਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗਾ ਸਾਰੇ ਸਟੂਡੈਂਟਸ ਨੂੰ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਸਟੂਡੈਂਟ ਵੀਜ਼ੇ ਦਾ, ਉਹ ਅੰਬੈਸੀ ਵੱਲੋਂ ਵਧਾਇਆ ਗਿਆ ਹੁਣ 5 weeks। ਜਦੋਂ ਅਸੀਂ ਫਾਈਲ ਪਾ ਦਿੰਦੇ ਹਾਂ ਉਸ ਤੋਂ ਬਾਅਦ, ਹਾਂਜੀ ਹਾਂਜੀ, ਜੋ ਲੌਂਚ ਹੁੰਦੀ ਹੈ ਫਾਈਲ, ਨੋਰਮਲੀ ਅੰਬੈਸੀ ਵੱਲੋਂ ਪ੍ਰੈਫਰਡ ਡੈਡਲਾਈਨ ਹੈਗੀ ਸੀਗੀ August 1, September ਸੈਸ਼ਨ ਲਈ, ਪਰ ਆਨਲਾਈਨ ਜਾ ਕੇ ਜੇ ਤੁਸੀਂ ਕੈਨੇਡੀਅਨ ਗਵਰਨਮੈਂਟ ਦੀ ਆਫੀਸ਼ੀਅਲ ਵੈਬਸਾਈਟ 'ਤੇ ਜਾਓਗੇ CAC ਦੀ, ਉਹਦੇ ਵਿੱਚ ਲਿਖਿਆ ਗਿਆ ਕਿ ਮਿਨੀਮਮ 5 weeks ਲੱਗਦੇ ਪਏ ਆ ਇਸ ਵੇਲੇ। ਅਤੇ ਨਾਲ ਇੱਕ ਨੋਟ ਇਹ ਵੀ ਪਾਇਆ ਗਿਆ ਕਿ ਜੇ ਤੁਹਾਡੀ ਐਪਲੀਕੇਸ਼ਨ ਦਾ ਉੱਥੇ ਜ਼ਿਆਦਾ ਐਪਲੀਕੇਸ਼ਨਸ ਉਹਨਾਂ ਕੋਲ ਗਈਆਂ ਤਾਂ ਉਹਦੇ ਵਿੱਚ ਟਾਈਮ ਥੋੜ੍ਹਾ ਜ਼ਿਆਦਾ ਵੀ ਲੱਗ ਸਕਦਾ। ਸੋ ਇਸ ਕਰਕੇ ਸਟੂਡੈਂਟਸ ਨੂੰ ਪਹਿਲਾਂ ਹੀ ਸਟਾਰਟ ਕਰ ਦੇਣਾ ਚਾਹੀਦਾ। ਇੱਕ ਮਹੀਨਾ, ਇੱਕ ਮਹੀਨੇ ਤੋਂ ਪਲੱਸ ਲੱਗੇਗਾ, ਹੁਣ ਸਵਾ ਮਹੀਨਾ ਲੱਗੇਗਾ, ਸਵਾ ਮਹੀਨਾ ਲੱਗੂਗਾ ਅਤੇ ਪਲੱਸ ਇਹ ਵੀ ਹੋ ਸਕਦਾ ਅੱਗੇ ਜਾ ਕੇ ਹੋਰ ਜ਼ਿਆਦਾ ਟਾਈਮ ਲੱਗੇ। ਸੋ ਜਿਹੜੇ ਸਟੂਡੈਂਟਸ ਹਾਲੇ ਇਸ ਵੇਲੇ ਤਿਆਰੀ 'ਚ ਨਹੀਂ ਹੈਗੇ, ਜਿਹਨਾਂ ਕੋਲ ਆਫਰ ਲੈਟਰਸ ਨਹੀਂ ਹੈਗੀਆਂ ਜਾਂ ਜਿਹਨਾਂ ਨੇ ਆਫਰ ਲੈਟਰਸ ਅਪਲਾਈ ਕਰਤੀਆਂ ਅਤੇ ਹਾਲੇ ਤੱਕ ਆਫਰ ਲੈਟਰਸ ਨਹੀਂ ਆਈਆਂ, ਤਾਂ ਉਹ ਜ਼ਰੂਰ ਸਾਡੇ ਕੋਲ ਵਿਜ਼ਿਟ ਕਰਨ, ਕਿਉਂਕਿ ਸਾਡੇ ਕੋਲ ਜਿਹੜੇ ਕਾਲਜਿਸ ਅਤੇ ਯੂਨੀਵਰਸਿਟੀਜ਼ ਵਿਜ਼ਿਟ ਕਰ ਰਹੇ ਆ 19 ਮਈ ਨੂੰ ਸਾਡਾ ਐਜੂਕੇਸ਼ਨ ਫੇਅਰ ਹੋ ਰਿਹਾ। ਹਾਂਜੀ, ਜਿਹਦੇ ਵਿੱਚ 2 ਯੂਨੀਵਰਸਿਟੀਜ਼ ਅਤੇ 6 ਕਾਲਜਿਸ ਆ ਰਹੇ ਆ, ਜਿਹਦੇ ਵਿੱਚ ਉਹਨਾਂ ਨੇ ਔਨ ਸਪੋਟ ਐਡਮਿਸ਼ਨਸ ਅਸੈਸਮੈਂਟ ਕਰਨੀ ਹੈ, ਕਈ ਦੀ ਐਪਲੀਕੇਸ਼ਨ ਫੀ ਵੇਵੀਅਰ ਵੀ ਹੋਊਗੀ। ਕਿੱਥੇ ਲਾ ਰਹੇ ਹੋ ਸੈਮੀਨਾਰ? ਦਫ਼ਤਰ ਲੁਧਿਆਣੇ, ਮੇਨ ਆਫਿਸ ਸਾਡਾ ਉੱਥੇ ਹੋਊਗਾ। ਪ੍ਰੋਪਰ ਇਹਨਾਂ ਨੂੰ ਸਾਰੇ ਸਟੂਡੈਂਟਸ ਨੂੰ ਜਾਣਕਾਰੀ ਦਿੱਤੀ ਜਾਊਗੀ ਕਿ ਕੀ ਉਹ ਕੋਰਸਿਸ ਕਿਹੜੇ 'ਚ ਜਾ ਸਕਦੇ ਆ, ਕੀ ਉਹਨਾਂ ਦੀ ਫੀਸ ਹੋਊਗੀ, ਕੀ ਉਹਨਾਂ ਦੇ ਉੱਥੇ ਪ੍ਰੋਸਪੈਕਟਸ ਹੈਗੇ ਆ ਜਦੋਂ ਪੜ੍ਹਾਈ ਹੋ ਜਾਊਗੀ, ਉਸ ਤੋਂ ਬਾਅਦ PR ਦੀ ਆਪਸ਼ਨਸ ਕੀ ਹੈਗੇ, ਜਿੱਥੇ ਇੱਥੇ ਉਹ ਜਾਣਗੇ ਸਾਰਾ ਕੁਝ A to Z ਉਹਨਾਂ ਨੂੰ ਗਾਈਡੈਂਸ ਦਿੱਤੀ ਜਾਊਗੀ। ਸੋ ਸਭ ਤੋਂ ਪਹਿਲਾਂ ਇਸ ਵੇਲੇ ਮੈਂ ਸਟੂਡੈਂਟਸ ਨੂੰ ਇਹੀ ਕਹੂੰਗਾ ਕਿ ਜਿਹਨਾਂ ਦੀ ਆਫਰ ਲੈਟਰ ਨਹੀਂ ਆਈ, ਉਹ ਆ ਕੇ ਜਲਦੀ ਤੋਂ ਜਲਦੀ ਆਫਰ ਲੈਟਰ ਅਪਲਾਈ ਕਰਨ, ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰਨ, ਕਿਉਂਕਿ ਜਿਹੜੇ ਪਲੱਸ 2 ਦੇ ਵਿਦਿਆਰਥੀ ਹੈਗੇ ਜਿਹੜੇ ਵੇਟ ਕਰ ਰਹੇ ਆ ਆਪਣੇ ਰਿਜ਼ਲਟ ਨੂੰ, ਉਹਨਾਂ ਕੋਲ ਬਾਅਦ 'ਚੋਂ ਟਾਈਮ ਨਹੀਂ ਹੋਣਾ ਆਪਣੀ ਫਾਈਲ ਨੂੰ ਤਿਆਰ ਕਰਨ ਨੂੰ, ਕਿਉਂਕਿ GIC ਉਹ ਪਹਿਲਾਂ ਕਰ ਸਕਦੇ ਆ, ਮੈਡੀਕਲ ਵੀ ਪਹਿਲਾਂ ਕਰਾ ਸਕਦੇ ਕੰਡੀਸ਼ਨਲ ਆਫਰ ਲੈਟਰ ਦੇ ਬੇਸ 'ਤੇ। ਸੋ ਇਹਦੇ ਕਰਕੇ ਆਪਣਾ ਜਿਹੜੀ ਪ੍ਰੋਸੈਸਿੰਗ ਆਫ ਫਾਈਲਸ ਆ ਉਹ ਫਾਸਟ ਹੋ ਜੂਗੀ ਜੀ। ਹੁਣ ਇਹਦੇ ਵਿੱਚ ਕੀ ਹੈਗਾ, ਤੁਹਾਡੇ ਤੋਂ ਇੱਕ ਹੋਰ ਸਵਾਲ ਪੁੱਛੂਗਾ। ਫੋਰ ਐਗਜ਼ਾਮਪਲ ਆਪਾਂ ਮਈ ਦੇ ਵਿੱਚ 19 ਮਈ ਦੀ ਗੱਲ ਕਰ ਲਈਏ, ਅੱਜ 19 ਮਈ ਹੈ, ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ, ਅੱਜ ਬੱਚਾ ਐਡਮਿਸ਼ਨ ਜਿਹੜਾ ਹੈਗਾ ਲੈ ਲੈਂਦਾ ਹੈਗਾ, ਉਹ ਕਿਹੜੇ ਕਿਹੜੇ ਵਿਹਾਰ ਦੇ ਉੱਪਰ ਕੰਡੀਸ਼ਨਲ ਲੈ ਸਕਦਾ? ਫੋਰ ਐਗਜ਼ਾਮਪਲ ਉਹਦਾ ਹਾਲੇ ਪਾਸਪੋਰਟ ਠੀਕ ਹੋਣੇ ਹੋ ਕੇ ਨਹੀਂ ਆਇਆ। ਬਹੁਤ ਸਾਰੇ ਬੱਚੇ ਅਕਸਰ ਪੁੱਛਦੇ ਨੇ ਸਵਾਲ, ਪੁੱਛਦੇ ਨੇ ਕਿ ਸੱਚਾ ਹੀ ਹੈ ਮਾਂ ਪਿਓ ਦੇ ਨਾਮ ਦੇ ਵਿੱਚ ਸਪੈਲਿੰਗ ਮਿਸਟੇਕ, ਬੱਚਾ ਡਰਦਾ ਦੁਬਾਰਾ ਆਪਣਾ ਜਿਹੜਾ ਹੈਗਾ ਪਾਸਪੋਰਟ ਬਣਾ ਲੈਂਦਾ, ਕਈਆਂ ਦੇ ਰਿਜ਼ਲਟ ਨਹੀਂ ਹਲੇ ਆਏ, ਕਈਆਂ ਦਾ ਆਇਲਸ ਦਾ ਪੇਪਰ ਨਹੀਂ ਆਇਆ ਹੈਗਾ, ਕਿਸ ਆਧਾਰ 'ਤੇ ਪਹਿਲਾਂ ਤਾਂ ਕੰਡੀਸ਼ਨ ਮਿਲੇਗੀ? ਕੰਡੀਸ਼ਨਲ ਆਫਰ ਲੈਟਰ 10th ਦੇ ਰਿਜ਼ਲਟ ਦੇ ਬੇਸ 'ਤੇ ਉਹ ਅਪਲਾਈ ਕਰ ਸਕਦੇ ਵਿਦ ਪਾਸਪੋਰਟ। ਪਾਸਪੋਰਟ ਦੀ ਕਾਪੀ ਚਾਹੀਦੀ ਹੈ, ਜੇ ਪਾਸਪੋਰਟ 'ਚ ਕੋਈ ਖਰਾਬੀ ਹੈਗੀ ਜਿਵੇਂ ਤੁਸੀਂ ਨਾਮ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਪੇਰੈਂਟਸ ਵੱਲੋਂ ਇੱਕ ਐਫੀਡੇਵਿਟ ਲੱਗਣਾ, ਨੇਮ ਕੰਸਿਡਰੇਸ਼ਨ ਐਫੀਡੇਵਿਟ, ਕੋਈ ਪ੍ਰੋਬਲਮ ਨਹੀਂ। ਇਕੱਲਾ ਪਾਸਪੋਰਟ ਦੇ ਵਿੱਚ ਪ੍ਰੋਬਲਮ ਹੋਵੇ ਤਾਂ ਚੱਲ ਜੂਗਾ, ਜਾਂ ਬੱਚੇ ਦੀਆਂ ਜਿਵੇਂ ਹੁਣ ਬੱਚੇ ਦੇ ਕੋਲ ਸਰਟੀਫਿਕੇਟ ਨੇ ਉਹਨਾਂ ਦੇ ਵਿੱਚ ਕੁਝ ਹੋ ਰਿਹਾ, ਮਾਂ ਪਿਓ ਦੇ ਜਿੰਨੇ ਵੀ ID ਪ੍ਰੂਫ ਨੇ ਉਹਨਾਂ ਦੇ ਵਿੱਚ ਨਾਮ ਕੁਝ ਹੋ ਰਿਹਾ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ ਆਉਂਦੀ, ਕੋਈ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਸਟੂਡੈਂਟ ਨੂੰ, ਜਿਹੜੇ ਏਜੰਟਸ ਕਹਿ ਰਹੇ ਕਿ ਚੇਂਜ ਕਰੋ ਉਹ ਗਲਤ ਹੈ, ਅੱਛਾ ਜ਼ਰੂਰਤ ਨਹੀਂ। ਦੂਸਰਾ, ਅੱਜ 19 ਮਈ ਐਗਜ਼ਾਮਪਲ ਆਪਾਂ ਲੈ ਰਹੇ ਹਾਂ ਬੱਚਿਆਂ ਲਈ,
ਕਿ ਅੱਜ ਜਦੋਂ ਕੰਡੀਸ਼ਨਲ ਆਫਰ ਲੈਟਰ ਲਊਗਾ ਬੱਚਾ ਕੀ ਅੱਗੇ ਸਟੇਜਾਂ ਕੀ ਹੋਣਗੀਆਂ ਬੱਚੇ ਜਦੋਂ ਕੰਡੀਸ਼ਨਲ ਆਫਰ ਲੈਟਰ ਆ ਗਈ ਉਸ ਤੋਂ ਬਾਅਦ ਉਹ ਮੈਡੀਕਲ ਕਰਾ ਸਕਦੇ ਆ ਮੈਡੀਕਲ ਦੇ ਬੇਸ 'ਤੇ ਉਹਨਾਂ ਦਾ ਸਾਰੀ ਫਾਈਲ ਇੱਕ ਟਾਈਪ ਦੀ ਰੈਡੀ ਹੋ ਜੂਗੀ ਕਿਉਂਕਿ ਪ੍ਰੀ ਮੈਡੀਕਲ ਪਹਿਲਾਂ ਹੀ ਮੰਗ ਰਹੇ ਅੱਜ ਕੱਲ੍ਹ ਤਿੰਨ ਕੈਟੇਗਰੀਜ਼ ਆ ਕੈਨੇਡਾ ਦੀ ਸਟੂਡੈਂਟ ਵੀਜ਼ ਦੀਆਂ ਐਸ ਪੀ ਪੀ ਯੂਨੀਵਰਸਿਟੀ ਅਤੇ ਜਨਰਲ ਮੇਰੀ ਪ੍ਰੈਫਰੈਂਸ ਪਹਿਲਾਂ ਐਸ ਪੀ ਪੀ ਰਹਿੰਦੀ ਹੈ ਸੈਕਿੰਡ ਯੂਨੀਵਰਸਿਟੀ ਥਰਡ ਜਨਰਲ ਬਟ ਕਈ ਕੋਰਸਿਸ ਇਹੋ ਜਿਹੇ ਹੁੰਦੇ ਜਿਹੜੇ ਕਿ ਇਕੱਲੇ ਯੂਨੀਵਰਸਿਟੀਜ਼ 'ਚ ਅਵੇਲੇਬਲ ਹੁੰਦੇ ਆ ਜਿਵੇਂ ਪੈਟਰੋਲੀਅਮ ਇੰਜੀਨੀਅਰਿੰਗ ਦਾ ਕੋਰਸ ਹੈਗਾ ਕਿ ਬ੍ਰਿਟੋਨ ਯੂਨੀਵਰਸਿਟੀ ਦੇ ਵਿੱਚ ਅਵੇਲੇਬਲ ਹੈਗਾ ਸੋ ਉਹ ਡਿਪੈਂਡ ਕਰਦਾ ਕਿ ਆਪਾਂ ਕੀ ਪ੍ਰੈਫਰੈਂਸ ਦੇ ਅਕੋਰਡਿੰਗਲੀ ਆਪਾਂ ਕੇਸ ਲਾਉਣਾ ਸੋ ਜਿਹੜੀ ਚੀਜ਼ਾਂ ਆਪਾਂ ਪਹਿਲਾਂ ਕੰਡੀਸ਼ਨਲ ਆਫਰ ਲੈਟਰ ਦੇ ਬੇਸ 'ਤੇ ਆਪਾਂ ਇਕੱਠੀਆਂ ਕਰ ਸਕਦੇ ਹਾਂ ਬਾਅਦ 'ਚੋਂ ਆਪਣੇ ਨੂੰ ਟਾਈਮ ਨਹੀਂ ਵੇਸਟ ਹੋਊਗਾ ਜਦੋਂ ਅਨਕੰਡੀਸ਼ਨਲ ਆਫਰ ਲੈਟਰ ਆ ਗਈ ਉਹਦੇ ਵਿੱਚ ਉਸ ਤੋਂ ਬਾਅਦ ਇਕੱਲੀ ਫੀਸ ਰਸੀਟ ਚਾਹੀਦੀ ਹੋਊਗੀ ਯੂਨੀਵਰਸਿਟੀ ਤੋਂ ਜਦੋਂ ਆਪਾਂ ਫੀਸ ਟ੍ਰਾਂਸਫਰ ਕਰ ਦੇਣੇ ਟਿਊਸ਼ਨ ਫੀਸ ਜੀ ਆਈ ਸੀ ਵਗੈਰਾ ਸਾਰਾ ਕੁਝ ਆਪਾਂ ਪਹਿਲਾਂ ਕਰਾ ਸਕਦੇ ਹਾਂ ਪਰ ਜੇ ਬੱਚਾ ਕੋਨਫੀਡੈਂਟ ਹੈਗਾ ਕਿ ਉਹਦੀ ਕੰਡੀਸ਼ਨਸ ਮੀਟ ਹੋ ਜਾਣਗੀਆਂ ਤਾਂ ਉਹਨੂੰ ਪਹਿਲਾਂ ਕਰਾ ਦੇਣੀ ਚਾਹੀਦੀ ਤਾਂ ਕਿ ਉਹਦਾ ਕੱਲ ਨੂੰ ਟਾਈਮ ਬਚੇ ਪਹਿਲਾਂ ਜਦੋਂ ਅਨਕੰਡੀਸ਼ਨਲ ਹੁੰਦੀ ਆਫਰ ਲੈਟਰ ਇੱਕ ਵਾਰੀ ਕਾਲਜ ਨੂੰ ਭੇਜੀ ਜਾਏਗੀ ਜਿਹੜੀਆਂ ਜਿਹੜੀਆਂ ਉਹਨਾਂ ਨੇ ਸ਼ਰਤਾਂ ਮੰਗੀਆਂ ਜਾਂ ਡਾਕੂਮੈਂਟ ਮੰਗੇ ਉਹ ਭੇਜੇ ਜਾਣਗੇ ਫਿਰ ਅਨਕੰਡੀਸ਼ਨਲ ਆਏਗੀ ਫਿਰ ਜਮ੍ਹਾਂ ਹੋਊਗੀ ਫੀਸ ਫਾਈਲ ਤਿਆਰ ਕਰਨ ਨੂੰ ਕਿੰਨਾ ਟਾਈਮ ਲੱਗ ਜੂਗਾ ਉਹ ਡਿਪੈਂਡ ਕਰਦਾ ਬੱਚੇ 'ਤੇ ਕਿ ਕਿੰਨੀ ਫਾਸਟ ਉਹ ਆਪਾਂ ਨੂੰ ਡਾਕੂਮੈਂਟਸ ਦੇਣਗੇ ਜੇ ਉਹ ਅਸੀਂ ਤਾਂ ਲਿਸਟ ਦੇਣੀ ਹੈ ਇੰਨੇ ਜ਼ਿਆਦਾ ਡਾਕੂਮੈਂਟਸ ਹੁੰਦੇ ਨਹੀਂ ਸਟੂਡੈਂਟ ਵੀਜ਼ੇ ਦੇ ਅਤੇ ਹੁਣ ਕਈ ਸਟੂਡੈਂਟਸ ਹੁੰਦੇ ਜਿਹੜੇ ਥੋੜ੍ਹੇ ਲੇਜ਼ੀ ਹੁੰਦੇ ਉਹਨਾਂ 'ਤੇ ਡਿਪੈਂਡ ਕਰਦਾ ਉਹ ਕਿੰਨੀ ਜਲਦੀ ਡਾਕੂਮੈਂਟਸ ਦਿੰਦੇ ਆ ਦੂਸਰਾ ਆਇਲਸ ਦੇ ਟੈਸਟ ਰਿਜ਼ਲਟ 'ਤੇ ਵੀ ਬਹੁਤ ਡਿਪੈਂਡ ਕਰਦਾ ਉਹ ਕਦੋਂ ਤੱਕ ਉਹਨਾਂ ਦਾ ਆਉਣਾ ਜਿਨ੍ਹਾਂ ਦੇ ਆਇਲਸ ਹਾਲੇ ਤਾਂ ਟੈਸਟ ਬੁਕਿੰਗ ਵੀ ਨਹੀਂ ਕੀਤੀ ਉਹਨਾਂ ਨੂੰ ਜ਼ਰੂਰ ਜਲਦੀ ਤੋਂ ਜਲਦੀ ਕਰ ਲੈਣੀ ਚਾਹੀਦੀ ਹੈ ਆਪਣੇ ਪੇਰੈਂਟਸ ਨਾਲ ਜ਼ਰੂਰ ਵਿਜ਼ਿਟ ਕਰੋ 19 ਮਈ ਨੂੰ 19 ਮਈ ਨੂੰ ਏ ਟੂ ਜ਼ੈਡ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਊਗੀ ਸਾਰਾ ਕੁਝ ਦੱਸਿਆ ਜਾਊਗਾ ਉੱਥੇ ਹੋਸਟਲ ਫੈਸਿਲਿਟੀਜ਼ ਕੀ ਹੈਗੀਆਂ ਏਅਰਪੋਰਟ 'ਤੇ ਪਿਕਅਪ ਹੋਊਗਾ ਕਾਲਜਿਸ ਦਾ ਉੱਥੇ ਪੀ ਆਰ ਦੀ ਆਪਸ਼ਨ ਜਿਹੜੀਆਂ ਮੇਨ ਇਸ਼ੂ ਹੈਗਾ ਉਹ ਸਾਰਾ ਕੁਝ ਉਹਨਾਂ ਨੂੰ ਦੱਸਿਆ ਜਾਊਗਾ ਮਤਲਬ ਜੀ ਤੁਸੀਂ ਲੈ ਕੇ ਆ ਰਹੇ ਹੋ ਦੋ ਯੂਨੀਵਰਸਿਟੀ ਅਤੇ 5-6 ਤਕਰੀਬਨ ਕਾਲਜ ਇਸ ਇਹਦੇ ਵਿੱਚ ਬੱਚਿਆਂ ਨੂੰ ਕੀ ਕਹਿੰਦੇ ਹੋ 19 ਦੇ ਸੈਮੀਨਾਰ ਬਾਰੇ 19 ਮਈ ਨੂੰ ਸਾਡਾ ਸੈਮੀਨਾਰ ਆ ਵਿਜ਼ਡਮ ਇਮੀਗ੍ਰੇਸ਼ਨ ਦੇ ਆਫਿਸ ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਉਹਨਾਂ ਸਟੂਡੈਂਟ ਲਈ ਜਿਹੜੇ ਕਿ ਇਸ ਸਾਲ ਪਾਸ ਕਰ ਰਹੇ ਨੇ ਆਪਣੇ ਗ੍ਰੇਡ 12 ਜਾਂ ਗ੍ਰੈਜੂਏਸ਼ਨ ਜਿਨ੍ਹਾਂ ਦਾ ਇਹ ਅਕੈਡਮਿਕ ਰਿਜ਼ਲਟ ਵੇਟਿੰਗ 'ਚ ਜਿਨ੍ਹਾਂ ਦਾ ਅਜੇ ਆਇਲਸ ਰਿਜ਼ਲਟ ਜਾਂ ਤਾਂ ਆ ਚੁੱਕਾ ਜਾਂ ਰਿਜ਼ਲਟ ਆਉਣਾ ਬਾਕੀ ਹੈ ਕਿਉਂਕਿ ਸਭ ਤੋਂ ਇੰਪੋਰਟੈਂਟ ਕਿਉਂਕਿ ਫਿਲਹਾਲ ਜੋ ਹਾਈ ਕਮਿਸ਼ਨ ਮੀਟਿੰਗ ਸਾਡੀ ਹੋਈ ਹੈ ਰੀਸੈਂਟਲੀ ਉਹਨਾਂ 'ਚ ਇੱਕ ਚੀਜ਼ ਕਲੀਅਰ ਹੋਈ ਹੈ ਕਿ 90% ਐਪਲੀਕੇਸ਼ਨ ਸਪਤੰਬਰ 2016 ਇਨਟੇਕ ਲਈ ਆਲਮੋਸਟ ਹੋ ਗਈਆਂ ਨੇ ਵੱਧ ਗਈਆਂ ਨੇ ਆਲਮੋਸਟ ਡਬਲ ਹੋ ਗਈਆਂ ਨੇ ਐਪਲੀਕੇਸ਼ਨ ਉਹਨਾਂ ਸਟੂਡੈਂਟ ਨੇ ਜੇ ਕਿ ਜੇ ਤਾਂ ਉਹ ਸੋਚਦੇ ਕਿ ਐਂਡ ਮੂਮੈਂਟ 'ਤੇ ਅਪਲਾਈ ਕਰ ਲਾਂਗੇ ਕਿ ਆਲਸੇ ਅਕੈਡਮਿਕ ਰਿਜ਼ਲਟ ਆਉਣ ਦੇ ਬਾਅਦ ਅਪਲਾਈ ਕਰਨਗੇ ਆਈ ਡੋਂਟ ਥਿੰਕ ਸੋ ਕਿ ਉਹ ਅਪਲਾਈ ਕਰ ਪਾਣਗੇ ਰਾਈਟ ਟਾਈਮ 'ਤੇ ਜਿਹੜੇ ਸਟੂਡੈਂਟ ਹੈ ਸਪਤੰਬਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਉਹਨਾਂ ਨੂੰ ਮੈਂ ਇਹ ਚੀਜ਼ ਕਲੀਅਰ ਕਰਨਾ ਚਾਹੁੰਦਾ ਕਿ ਸਪਤੰਬਰ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਚੁੱਕੇ ਆ ਸਪਤੰਬਰ ਇਨਟੇਕ ਦੇ ਵੀਜ਼ਾ ਸਕਸੈਸ ਰੇਟ ਵੀ ਆਉਣੀ ਸ਼ੁਰੂ ਹੋ ਗਈ ਆ ਜਿਹਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਰਿਜ਼ਲਟ ਫਿਲਹਾਲ ਜੇ ਪਹਿਲਾਂ ਗੱਲ ਕਰਾਂ ਮੇਨ ਟੇਕ ਦੀ ਮੇਨ ਟੇਕ ਦੇ ਵਿੱਚ ਕੁਝ ਇੰਸਟੀਟਿਊਟ ਕਾਫੀ ਜ਼ਿਆਦਾ ਅੱਛੇ ਮੇਨਟੇਨ ਕਰਕੇ ਗਏ ਨੇ ਰਿਜ਼ਲਟ ਫਿਲਹਾਲ ਜੇ ਮੈਂ ਗੱਲ ਕਰਾਂ ਕੇਬਰਟਨ ਯੂਨੀਵਰਸਿਟੀ ਦਿਸ ਯੂਨੀਵਰਸਿਟੀ ਹੈਜ਼ ਮੇਨਟੇਨ 100% ਵੀਜ਼ਾ ਸਕਸੈਸ ਰੇਟ ਟਿਲ ਡੇਟ ਤੇ ਆਮ ਐਕਸਪੈਕਟਿੰਗ ਕਿ ਸਪਤੰਬਰ ਦੇ ਵਿੱਚ ਵੀ ਉਹਨਾਂ ਦਾ ਕਾਫੀ ਅੱਛਾ ਹੀ ਰਹੇਗਾ ਜੀ ਯਸ਼ਵਿੰਦਰ ਜੀ ਇਹ ਜਿਹੜੀ ਲਵਜੀਤ ਜੀ ਉਹਨਾਂ ਨੇ ਗੱਲ ਕੀਤੀ ਹੈ ਕਿ ਕੁਝ ਇੰਸਟੀਚਿਊਟ ਜਿਹੜਾ ਹੈਗਾ 100% ਰਿਜ਼ਲਟ ਲੈ ਗਏ ਜਾਂ ਸਾਰੇ ਦੇ ਸਾਰੇ ਵੀਜ਼ੇ ਆ ਗਏ ਜਿਨ੍ਹਾਂ ਦੇ ਕੀ ਇੰਸਟੀਚਿਊਟ ਦਾ ਰੋਲ ਹੁੰਦਾ ਹੈ ਅੰਬੈਸੀ ਦੇ ਵਿੱਚ ਇੰਸਟੀਚਿਊਟ ਦੀ ਕ੍ਰਾਈਟੀਰੀਆ ਹੁੰਦਾ ਜਿਹੜਾ ਐਡਮਿਸ਼ਨ ਰਿਕੁਆਇਰਮੈਂਟ ਆਲਰੇਡੀ ਜਿਹਨਾਂ ਦਾ ਹਾਰਡ ਹੈ ਜਿਵੇਂ ਕਿ ਬ੍ਰਿਟੋਨ ਯੂਨੀਵਰਸਿਟੀ ਹੈ ਦਾ ਐਡਮਿਸ਼ਨ ਰਿਕੁਆਇਰਮੈਂਟ ਬਹੁਤ ਵਧੀਆ ਗਿਣਿਆ ਜਾਂਦਾ ਉਹ ਆਲਰੇਡੀ ਜਿਹੜੀ ਅੰਬੈਸੀ ਦੀ ਰਿਕੁਆਇਰਮੈਂਟਸ ਆ ਕਈਆਂ ਤੋਂ ਉਹਦੇ ਤੋਂ ਉੱਪਰ ਗਿਣਿਆ ਜਾਂਦਾ ਜਿਵੇਂ ਆਇਲਸ ਦੀ ਰਿਕੁਆਇਰਮੈਂਟ ਅੰਬੈਸੀ ਵੱਲੋਂ 6 ਓਵਰਆਲ 5.5 5.5 ਤੋਂ ਘੱਟ ਕਿਸੇ ਨੂੰ ਚਾਹੀਦਾ ਕਿ ਬ੍ਰਿਟੋਨ ਯੂਨੀਵਰਸਿਟੀ 6.5 ਅਤੇ 6 ਤੋਂ ਘੱਟ ਕਿਸੇ 'ਚ ਨਹੀਂ ਚਾਹੀਦਾ ਆਇਲਸ ਦੀ ਰਿਕੁਆਇਰਮੈਂਟ ਹੈ ਸੋ ਆਲਰੇਡੀ ਜਿਹੜੀ ਅੰਬੈਸੀ ਦੀ ਰਿਕੁਆਇਰਮੈਂਟ ਆ ਉਹਦੀ ਐਡਮਿਸ਼ਨ ਦੀ ਰਿਕੁਆਇਰਮੈਂਟ ਜਿਹੜੀ ਯੂਨੀਵਰਸਿਟੀ ਦੀ ਆ ਉਹ ਉਹਦੇ ਤੋਂ ਉੱਪਰ ਹੈ ਸੋ ਓਬਵੀਅਸਲੀ ਉਹਦੇ ਵਿੱਚ ਵੀਜ਼ਾ ਆਫੀਸਰ ਉਹਨੂੰ ਲਾਈਕ ਕਰੂਗਾ ਪ੍ਰੋਫਾਈਲ ਨੂੰ ਉਹ ਚਾਹੂਗਾ ਕਿ ਇਹ ਸਟੂਡੈਂਟ ਨੂੰ ਅਸੀਂ ਉੱਥੇ ਭੇਜੀਏ ਕਿਉਂਕਿ ਇਹ ਆਲਰੇਡੀ ਸਟੂਡੈਂਟ ਅਕੈਡਮਿਕਸ ਦੇ ਵਿੱਚ ਕਾਫੀ ਵਧੀਆ ਨੰਬਰ ਲੈ ਰਿਹਾ ਪਲੱਸ ਉਹਦੀ ਪਰਸੈਂਟੇਜ ਦੀ ਵੀ ਰਿਕੁਆਇਰਮੈਂਟ ਹੈਗੀ ਐਡਮਿਸ਼ਨ ਰਿਕੁਆਇਰਮੈਂਟਸ ਦੀ ਉਹ ਲਵਜੀਤ ਜੀ ਜ਼ਿਆਦਾ ਵਧੀਆ ਦੱਸ ਸਕਦੇ ਕਿ ਕਿੰਨੀ ਪਰਸੈਂਟੇਜ ਵਾਲਿਆਂ ਨੂੰ ਉਹ ਐਡਮਿਸ਼ਨ ਦਿੰਦੇ ਆ ਥਰਡ ਥਿੰਗ ਇਜ਼ ਇਹਦੇ ਵਿੱਚ ਜਿਨ੍ਹਾਂ ਨੇ ਆਲਰੇਡੀ ਬੈਚਲਰਸ ਕੀਤੀ ਹੋਈ ਆ ਉਹਦੇ ਵਿੱਚ ਉਹ ਉਹਨਾਂ ਨੂੰ ਐਡਵਾਂਸ ਸਟੈਂਡਿੰਗ ਦੇ ਬੇਸ 'ਤੇ ਇੱਕ ਟਾਈਪ ਦੀ ਜਿਹੜੀ 4 ਸਾਲਾਂ ਦੀ ਇੱਥੇ ਬੈਚਲਰਸ ਕੀਤੀ ਆ ਉੱਥੇ ਥਰਡ ਈਅਰ 'ਚ ਜਾ ਸਕਦੇ ਸਿੱਧਾ ਜਿਵੇਂ ਇੱਥੇ ਮਕੈਨੀਕਲ ਕਿਸੇ ਨੇ ਕੀਤੀ ਆ ਤਾਂ ਉਹ ਪੈਟਰੋਲੀਅਮ 'ਚ ਜਾ ਸਕਦੇ ਆ ਉਹਦੇ ਵਿੱਚ ਬਟ ਇਹ ਹੈ ਕਿ ਉਹ ਬੈਚਲਰਸ ਹੀ ਗਿਣੀ ਜਾਊਗੀ ਉੱਥੇ ਜਾ ਕੇ ਬਟ ਉਹਦੇ ਵਿੱਚ ਜਸਟੀਫਾਈ ਕਰਨਾ ਪੈਂਦਾ ਕਿ ਐਸ ਓ ਪੀ ਦੇ ਵਿੱਚ ਕਿ ਇਹ ਕੋਰਸ ਕਿਉਂ ਕਰਨ ਜਾਣਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਸੇ ਚੀਜ਼ ਨੂੰ ਕੰਟੀਨਿਊ ਕਰਾਂਗਾ ਵਿਸ਼ਵਿੰਦਰ ਨੂੰ ਕਿ ਕੈਨੇਡਾ ਦੇ ਵਿੱਚ ਬਹੁਤ ਘੱਟ ਇੰਸਟੀਟਿਊਟ ਨੇ ਜਿਹੜੇ ਕਿ ਇੰਡੀਅਨ ਸਟੂਡੈਂਟ ਨੂੰ ਡਾਇਰੈਕਟਲੀ ਕ੍ਰੈਡਿਟ ਟ੍ਰਾਂਸਫਰ ਆਪਸ਼ਨ ਦੇ ਅੰਦਰ ਅਸੈਪਟ ਕਰਦੇ ਨੇ ਕੇਬਰਟਨ ਯੂਨੀਵਰਸਿਟੀ ਇਜ਼ ਓਨਲੀ ਪਾਰਟੀਕੁਲਰ ਯੂਨੀਵਰਸਿਟੀ ਜੋ ਫਿਲਹਾਲ ਜੋ ਸਟੂਡੈਂਟ ਜਿਹੜੇ 4 ਸਾਲ ਦੀ ਬੈਚਲਰ ਡਿਗਰੀ ਆਲਰੇਡੀ ਇੰਡੀਆ 'ਚ ਕਰ ਚੁੱਕੇ ਲਾਈਕ ਚਾਹੇ ਉਹ ਬੀ ਟੈਕ ਹੈ ਚਾਹੇ ਉਹ ਬੀ ਈ ਆ
इफ दे वांट टू मेक देयर करियर इन कनाडा इन द सेम फील्ड बट स्पेशलाइजेशन जिंदा कि पेट्रोलियम आ वर्ल्ड दी सब तो इकोनॉमिक की फैक्टर सब तो ज्यादा पार्टिसिपेट करने वाली इंडस्ट्री है पेट्रोलियम वो बच्चे अपना जाके कैरियर मेंटेन कर जैसे कि पेट्रोलियम तो उन्होंने स्टडी सिर्फ 3 semester की रह जाएगी इंस्टेड ऑफ उन्होंने 8 semester पढ़ने की बजाय 3 semester वो सब्जेक्ट पढ़ाए जाएंगे जो कि उन्होंने पहला पढ़ चुके और तो इलावा उन्होंने पेट्रोलियम च मतलब कि दे विल गैट डबल बैचलर्स एक उन्होंने ऑलरेडी इंडिया जी है जी कैनेडा जाके करेंगे वो पेट्रोलियम पेट्रोलियम तो अलावा इलेक्ट्रॉनिक्स एंड कंट्रोल या एनवायरमेंटल स्टडीज इन्होंने दोवों के अंडर भी क्राइट ट्रांसफर अपलाई जो एडमिशन दरत होंगे ने कॉलेज यूनिवर्सिटी ने अपन ने जो उपरों गाइडलाइनस आदि देखो अल्टीमेटली बिकॉज वी पीपल आर गवर्नमेंट कॉलेज यूनिवर्सिटीज से जो हर एक इंस्टीट्यूट की अपनी अपनी रिस्ट्रिक्शन होंगे उन्हों की जी रिक्वायरमेंट है गवर्नमेंट इंस्टीट्यूट होंगे हुए गवर्नमेंट की अपरूवल होंगी है बट हर एक कॉलेज की अपनी अपनी रिक्वायरमेंट क्राइटेरिया होंगे कुछ की अकैडमिक परसेंटेज कुछ की आइलेट्स की रिक्वायरमेंट के अकॉर्डिंग बिकॉज जिंदा असं गल करिए कॉलेज ऑफ द रॉकीज उन्होंने सारे ही प्रोग्राम की आइलेट्स की रिक्वायरमेंट 6 ओवरऑल नो बैट लैस दैन 5.5 ईच है बट वो कंडीशन की आ गई रीडिंग से राइटिंग उन्होंने 6 चाहिए चाहे उन्होंने पी जी प्रोग्राम आ लाइक पी जी इन ग्लोबल बिजनेस या पी जी इन सस्टेनेबल बिजनेस उन्होंने रिक्वायरमेंट भी सेम आ चाहे उन्होंने अंडर ग्रेजुएट है चाहे एसोसीएट डिग्री ने एक उन्होंने को प्रोग्राम है किन्जियोलॉजी प्रोग्राम है वो मेडिकल स्टूडेंट नर्सिंग स्टूडेंट या फिजिकल एजुकेशन रिलेटेड स्टूडेंट लिए सब तो बेस्ट प्रोग्राम है कि एस पी पी और कॉलेज की जी शर्त फर्क होंगे कुछ भी एस पी पी की शर्त है डेफिनेटली एस पी पी की एक स्पेसिफिक क्राइटेरिया के अंदर उन्होंने अपनी रिक्वायरमेंट है जिन्हें कि उन्होंने ये होनी ही चाहिए है लाइक 50% ओवरऑल मिनिमम ए रिक्वायरमेंट है तो जो अपलाई कर रहे हैं 50 इन ईच भी चाहिए बट कुछ इंस्टीट्यूट या कुछ स्टूडेंट की अपनी रिक्वायरमेंट अकॉर्डिंग चेंज भी होंगे है बट जो असं ओवरऑल गल करिए 6 ओवरऑल नो बन लैस दैन 5.5 ईच आफ्टर दैट दे आर डी रिस्पॉन्सिबिलिटी ऑन अवर शोल्डर या इंस्टीट्यूट के शोल्डर से कि साड़ी रिक्वायरमेंट की है इनका कि लाइक असं गल करिए पी जी प्रोग्राम 6 ओवरऑल 5.5 ईच से भी है केवरटन यूनिवर्सिटी की अंडर ग्रेजुएट प्रोग्राम की रिक्वायरमेंट भी 6.5 ओवरऑल 6 ईच है पार्कलैंड कॉलेज गल करिए सस्कैचवन की वो अपनी रिक्वायरमेंट है 6.5 ओवरऑल 5.5 ईच अंडर ग्रेजुएट ली तो पी जी ग्रेजुएट स्टूडेंट लिए 6.5 6 ईच जिमें आप गल करते हैं कि एस पी पी की आह रिक्वायरमेंट हैगी फॉर एग्जाम्पल बच्चे के सारे 60-65% नंबर है किसी एक मार पैगी कि 48-49 या 50 रह गया कि नैगेटिव होंगे नैगेटिव गिणा जा सकता जो बच्चा जस्टिफाई नहीं कर सकता कि उस नंबर घट क्यों आए मेरा वीजा लगे जिस 33 मार्क्स आए थे मैथ के जी बच्चे के बच्चे ने जस्टिफाई प्रॉपर लगनी पैंती है बच्चे जस्टिफाई करना पैंता कि नंबर घट क्यों आए ये चीज़ा काफ़ी मैटर कर दी हैं जिन्हें नंबर घट आए प्लीज़ ये अपने एजेंट या जेडे भी उन्होंने है रिप्रजेंटेटिव उन्होंने प्लीज़ ये सलाह करन ताकि उन्होंने केस ना खराब हो जी जी तुहाडे वल एक सवाल हैगा जिहड़ा बच्चा पंजाब दे विच दो चीज़ों तो कन्फ्यूज़ होंदा कि एस पी पी की एक बहुत वड्डी लिस्ट है इहदे चों मैं कॉलेज कि चुन लाँ हर कॉलेज ਦੇ ਵਿੱਚ ਇੱਕ ਬਹੁਤ ਵੱਡੀ ਲਿਸਟ ਹੈ ਜਿਹੜੇ ਕੋਰਸਸ ਨੇ ਪ੍ਰੋਗਰਾਮਸ ਨੇ ਕੋਈ ਸਿਲੈਕਸ਼ਨਸ ਮੈਂ ਕਿਵੇਂ ਕਰ ਲਾਂ ਇਹਦਾ ਕੁਝ ਪੈਟ ਕਟਿਆ ਹੈ ਮੈਂ ਡੈਫੀਨਿਟਲੀ ਮੈਂ ਅਕਸਰ ਮੈਂ ਹੁਣ ਜਦੋਂ ਵੀ ਸੈਸ਼ਨਸ ਤੇ ਆਂਦਾ ਸਟੂਡੈਂਟ ਮੈਨੂੰ ਪੁੱਛਦੇ ਕਿ ਸਰ ਤੁਹਾਡਾ ਕੀ ਓਪੀਨੀਅਨ ਹੈ ਕਿਹੜਾ ਕੋਰਸ ਮੇਰੇ ਲਈ ਸਭ ਤੋਂ ਬੈਟਰ ਹੈ ਬਟ ਜੇ ਮੈਂ ਆਪਣੇ ਇੰਟਰਸਟ ਦੇ ਅਕੋਰਡਿੰਗ ਉਹਨਾਂ ਨੂੰ ਰਿਕਰੂਟ ਕਰਨਾ ਤੇ ਫਿਰ ਦੈਟਸ ਨਾਟ ਅ ਰਾਈਟ ਥਿੰਗ ਮੇਰੇ ਮੁਤਾਬਕ ਸਟੂਡੈਂਟ ਹੈਵ ਟੂ ਬੀ ਅਵੇਅਰ ਉਹਨਾਂ ਨੂੰ ਹਰ ਇੱਕ ਕੰਟੈਂਟ ਫੋਰ ਐਗਜ਼ਾਮਪਲ ਜੇ ਮੈਂ ਪੈਟਰੋਲੀਅਮ ਇੰਜੀਨੀਅਰਿੰਗ ਦੀ ਵੀ ਗੱਲ ਕਰਾਂ ਜੇ ਮੈਂ ਸਿਵਲ ਦੀ ਵੀ ਗੱਲ ਕਰਾਂ ਇਲੈਕਟ੍ਰੀਕਲ ਉਹਨਾਂ ਨੂੰ ਉਹ ਕੰਟੈਂਟ ਪੜ੍ਹ ਕੇ ਆਪਣਾ ਫਿਊਚਰ ਪ੍ਰੋਸਪੈਕਟ ਦੇ ਅਕੋਰਡਿੰਗ ਚੈੱਕ ਕਰਨਾ ਚਾਹੀਦਾ ਕਿ ਕਿਹੜੇ ਕੋਰਸ ਦੇ ਵਿੱਚ ਮੈਂ ਜਾ ਰਿਹਾ ਜੇ ਮੈਂ ਆਰਟਸ ਦੀ ਵੀ ਗੱਲ ਕਰ ਰਿਹਾ ਮੈਂ ਫੋਰ ਐਗਜ਼ਾਮਪਲ ਨਰਦਨ ਲਾਈਟਸ ਕਾਲਜ ਦੇ ਵਿੱਚ ਸਾਈਕੋਲੋਜੀ ਪਾਰਟ ਆ ਸਾਈਕੋਲੋਜੀ ਇੱਕ ਇਹੋ ਜਿਹਾ ਪ੍ਰੋਗਰਾਮ ਜਿਹੜਾ ਕਿ ਆਰਟਸ ਵਾਲੇ ਵੀ ਕਰ ਸਕਦੇ ਮੈਡੀਕਲ ਵੀ ਕਰ ਸਕਦੇ ਬਟ ਉਹਦੇ ਵਿੱਚ ਦੋ ਡਾਈਵਰਜ਼ਨ ਆ ਜਾਂਦੀ ਆ ਆਰਟਸ ਵਾਲੇ ਬੱਚਿਆਂ ਲਈ ਆ ਜਾਂਦੀ ਆ ਲਾਈਕ ਜੇ ਉਹਨਾਂ ਗੱਲ ਜਾਣਾ ਹੋਵੇ ਫਿਜ਼ੀਕਲ ਐਜੂਕੇਸ਼ਨ ਰਿਲੇਟਡ ਪਰ ਮੈਡੀਕਲ ਵਾਲਾ ਜਾਂ ਤੇ ਉਹਨਾਂ ਨੇ ਹੈਲਥ ਸਾਇੰਸ ਵਾਲੇ ਜਾਣਾ ਹੋਵੇ ਡਿਪੈਂਡ ਕਰਦਾ ਸਟੂਡੈਂਟ ਨੂੰ ਆਪਣੇ ਹਰ ਇੱਕ ਕੰਟੈਂਟ ਜਿਸ 'ਚ ਅਪਲਾਈ ਕਰ ਰਹੇ ਨੇ ਉਹਦੇ ਵਿੱਚ ਉਹਨਾਂ ਨੂੰ ਬੈਨੀਫਿਟ ਉਹਨਾਂ ਦੇ ਉਹਨਾਂ ਦੇ ਕੈਰੀਅਰ ਅਪਰਚੁਨਿਟੀਜ਼ ਤੇ ਹਰ ਇੱਕ ਚੀਜ਼ ਉਹਨਾਂ ਨੂੰ ਖੁਦ ਬਾਈ ਖੁਦ ਸਟੱਡੀ ਕਰਨੀ ਚਾਹੀਦੀ ਵੀ ਪੀਪਲ ਆਰ ਅਵੇਲੇਬਲ ਟੂ ਗਾਈਡ ਦੈਮ ਬਟ ਅਲਟੀਮੇਟਲੀ ਹੁਣ ਇਹ ਨਾ ਹੋਵੇ ਕਿ ਜੇ ਬੱਚਾ ਉੱਥੇ ਪਹੁੰਚੇ ਉਹ ਕਹੇ ਉਹ ਮੇਰਾ ਤਾਂ ਇਹ ਚੀਜ਼ 'ਚ ਮਨ ਨਹੀਂ ਲੱਗ ਰਿਹਾ ਮੈਂ ਕੁਝ ਹੋਰ ਕਰਨਾ ਚਾਹੁੰਦਾ ਮੈਂ ਕੁਝ ਹੋਰ ਪਹਿਲਾਂ ਪੜ੍ਹ ਕੇ ਜਾਵੇ ਬੱਚਾ ਸਟੱਡੀ ਕਰਕੇ ਜਾਵੇ ਉਹ ਉਹਨਾਂ ਲਈ ਜ਼ਿਆਦਾ ਬੈਟਰ ਆ ਕਈ ਵਾਰੀ ਦੋ ਦੋ ਤਿੰਨ ਆਪਸ਼ਨਾਂ ਹੋ ਜਾਂਦੀਆਂ ਬੱਚਿਆਂ ਕੋਲ ਫਿਰ ਉਹਨਾਂ 'ਚੋਂ ਬੈਟਰ ਕਿਵੇਂ ਚੁਣੇ ਜਾਏ ਡਿਪੈਂਡ ਕਰਦਾ ਉਹਨਾਂ ਨੂੰ ਆਪਣੇ ਕੈਰੀਅਰ ਪ੍ਰੋਸਪੈਕਟ ਉਹਨਾਂ ਨੂੰ ਕਿਹਦੇ ਵਿੱਚ ਜ਼ਿਆਦਾ ਓਪਰਚੁਨਿਟੀਜ਼ ਮਿਲ ਰਹੀ ਆ ਕਿਹਦਾ ਸਕੋਪ ਬਹੁਤ ਬ੍ਰੌਡ ਏਰੀਆ ਦੇ ਵਿੱਚ ਉਹਨਾਂ ਕਵਰ ਹੋ ਜਾਂਦੇ ਆ ਕਿਹੜੇ ਕਿਹੜੇ ਏਰੀਆ ਦੇ ਵਿੱਚ ਜਾ ਕੇ ਉਹਨਾਂ ਲਈ ਫੈਸਿਲਿਟੀਜ਼ ਨਾ ਸਿਰਫ ਇੱਕ ਲਿਮਿਟਿਡ ਕੰਟਰੀ ਆ ਲਿਮਿਟਿਡ ਸਟੇਟ ਆ ਇੱਕ ਲਿਮਿਟਿਡ ਸਿਟੀ ਤੱਕ ਰਹਿ ਜਾਂਦੀ ਆ ਬਲਕਿ ਪੂਰੇ ਵਰਲਡ ਵਾਈਡ ਉਹਨਾਂ ਲਈ ਓਪਰਚੁਨਿਟੀਜ਼ ਰਹਿੰਦੀਆਂ ਜੋ ਇੰਡੀਆ ਕੇ ਵੀ ਆਪਣੀ ਸਟੱਡੀ ਨੂੰ ਕੰਟੀਨਿਊ ਕਰਨਾ ਚਾਹੁੰਦੇ ਆ ਤੇ ਉਹ ਆਪਣਾ ਇੱਕ ਅੱਛਾ ਕੈਰੀਅਰ ਮੇਨਟੇਨ ਕਰ ਸਕਣ ਇੱਕ ਅਕਸਰ ਸਵਾਲ ਪੁੱਛਦੇ ਨੇ ਬੱਚੇ ਤੁਹਾਨੂੰ ਪੁੱਛਦੇ ਨਹੀਂ ਪੁੱਛਦੇ ਮੈਨੂੰ ਬਹੁਤ ਸਵਾਲ ਪੁੱਛੇ ਜਾਂਦਾ ਫੇਸਬੁੱਕ ਤੇ ਉੱਪਰ ਬੱਚੇ ਜਦੋਂ ਵੀ ਮਿਲਦੇ ਜੀ ਕਿ ਆਸਟ੍ਰੇਲੀਆ ਨਾਲ ਕੰਪੈਰੀਜ਼ਨ ਕਰਨ ਲੱਗ ਜਾਂਦੇ ਨੇ ਨਿਊਜ਼ੀਲੈਂਡ ਉੱਥੇ ਜੀ LTSSL ਹੈਗਾ ਲੌਂਗ ਟਰਮ ਸ਼ੋਰਟ ਸਕਿੱਲ ਲਿਸਟ ਹੈਗੀ ਹੈ ਕੈਂਟਰਵਿਲ ਲਿਸਟ ਹੈ ਉੱਧਰ SOLS ਸਕਿੱਲਡ ਓਕੂਪੇਸ਼ਨਲ ਲਿਸਟ ਹੈਗੀ ਹੈ ਪੁੱਛਦੇ ਨੇ ਜੀ ਕੈਨੇਡਾ 'ਚ ਕੋਈ ਅਜਿਹੀ ਲਿਸਟ ਹੈ ਜੇ ਉਹਨਾਂ ਨੂੰ ਕੋਈ ਆਪਣਾ ਜਵਾਬ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਤਾਂ ਬੱਚਿਆਂ ਦਾ ਅੱਗੋਂ ਸਵਾਲ ਇਹ ਹੁੰਦਾ ਜੀ ਕਿ ਸਾਨੂੰ ਡਿਮਾਂਡ ਵਾਲੇ ਕੋਰਸਿਸ ਚੂਜ਼ ਕਰਨੇ ਚਾਹੀਦੇ ਤਾਂ ਕਿ ਮੈਂ ਜਲਦੀ ਪੱਕਾ ਹੋ ਜਾਵਾਂ
PR ਦੀ ਆਪਸ਼ਨਸ ਕੈਨੇਡਾ ਚ ਬੈਸਟ ਹੈ ਮੇਰੇ ਅਕੋਰਡਿੰਗਲੀ ਜਿੰਨੀ ਦੁਨੀਆ ਦੀ ਕੰਟਰੀਜ਼ ਹੈ ਇਸ ਵੇਲੇ ਕੋਈ ਲਿਸਟ ਹੈ ਜਿਹਦੇ ਵਿੱਚੋਂ ਦੇਖ ਕੇ ਸਾਨੂੰ ਚੁਣਨਾ ਲਿਸਟ ਦੀ ਲੋੜ ਹੀ ਨਹੀਂ ਪੈਂਦੀ ਇਹਦੇ ਵਿੱਚ ਆਪਸ਼ਨਸ ਹੀ ਬਹੁਤ ਵਧੀਆ ਹੈ ਮੈਂ PR ਦੀ ਆਪਸ਼ਨਸ ਫॉर ਸਟੂਡੈਂਟਸ ਦੱਸ ਰਿਹਾ ਆਫਟਰ ਸਟੱਡੀਜ਼ ਇੱਕ ਹੈਗੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਇਹ ਫੈਡਰਲ ਕੈਟੇਗਰੀ ਆਲ ਓਵਰ ਕੈਨੇਡਾ ਸੇਮ ਹੈਗੀ ਹੈ ਇਹਦੇ ਵਿੱਚ ਹਸਪੀਟੈਲਿਟੀ ਵਾਲਿਆਂ ਨੂੰ ਪ੍ਰੋਬਲਮ ਦਿੰਦੇ ਆ ਉਹ ਲਿਸਟ ਦੇ ਵਿੱਚ ਕੱਟੇ ਜਾਂਦੇ ਆ ਜਿਹੜੇ ਹੈਗੇ ਆ ਸਟੂਡੈਂਟਸ ਬਾਕੀ ਸਾਰੇ ਆਲਮੋਸਟ ਹੈਗੇ ਆ ਇਹਦੇ ਵਿੱਚ ਤੁਸੀਂ ਨੌਕ ਬੀ ਦੇ ਵਿੱਚ ਹੋਣੇ ਚਾਹੀਦੇ ਨੌਕ ਬੀ ਦਾ ਮਤਲਬ ਇਹ ਹੈ ਕਿ ਉਹ ਕਲੈਰੀਕਲ ਜੋਬ ਨਹੀਂ ਹੋਣੀ ਚਾਹੀਦੀ ਬਾਕੀ ਰੈਪੂਟੇਬਲ ਜੋਬ ਹੋਣੀ ਚਾਹੀਦੀ ਹਾਂਜੀ ਅਸਿਸਟੈਂਟ ਮੈਨੇਜਰ ਏ ਓ ਬੀ ਦੀ ਤੇ ਇਹਦੇ ਵਿੱਚ ਨਾਲ ਇਹ ਜਿਹੜੇ ਮੇਨ ਚੀਜ਼ ਇਹ ਆ ਜਾਂਦੀ ਹੈ ਕਿ 2 ਸਾਲ ਦੀ ਪੜ੍ਹਾਈ ਮਿਨੀਮਮ ਚਾਹੀਦੀ ਹੈ ਉਸ ਤੋਂ ਬਾਅਦ 3 ਸਾਲਾਂ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਇਸ਼ੂ ਹੋ ਜਾਂਦਾ 1 ਸਾਲ ਕੰਮ ਕਰ ਲਓ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਵਿਦ ਆਦਰਸ ਤੁਸੀਂ ਆਪਣਾ ਪੀ ਆਰ ਦੀ ਐਪਲੀਕੇਸ਼ਨ ਲਾਂਚ ਕਰ ਸਕਦੇ ਹੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਇਹ ਐਕਸਪ੍ਰੈਸ ਐਂਟਰੀ ਦਾ ਇੱਕ ਪਾਰਟ ਗਿਣਿਆ ਜਾਂਦਾ ਹੁਣ ਦੂਸਰੀ ਆ ਗਈ ਆਪਸ਼ਨ ਜਿਹੜੀ ਹੈਗੀ ਹੈ ਪੀ ਐਨ ਪੀ ਐਪਲੀਕੇਸ਼ਨਸ ਇਹ ਅਕੋਰਡਿੰਗ ਟੂ ਪ੍ਰੋਵਿੰਸ ਗਿਣੀ ਜਾਂਦੀ ਹੈ ਹੁਣ ਸਪੋਜ਼ ਕਰੋ ਸਸਕੈਚਵਨ ਹੈ ਸਸਕੈਚਵਨ ਚ ਪਾਰਕਲੈਂਡ ਕਾਲਜ ਆ ਰਿਹਾ ਸਾਡੇ ਕੋਲ ਉੱਥੇ ਕੋਰਸਿਸ 1 ਸਾਲ ਦੇ ਵੀ ਹੈਗੇ 2 ਸਾਲ ਦੇ ਵੀ ਹੈਗੇ ਜਿਹੜੇ 1 ਸਾਲ ਦੇ ਕੋਰਸਿਸ ਹੈਗੇ ਆ ਉਹ ਕਰਕੇ ਵੀ ਤੁਸੀਂ ਐਲੀਜੀਬਲ ਹੋ ਸਕਦੇ ਹੋ ਪੀ ਆਰ ਦੇ ਲਈ ਫੋਰ ਐਗਜ਼ਾਮਪਲ 1 ਸਾਲ ਦਾ ਸਰਟੀਫਿਕੇਟ ਕੋਰਸ ਕੀਤਾ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਦੌਰਾਨ ਜਾਂ ਉਹਦੇ ਉਸ ਤੋਂ ਬਾਅਦ ਵੀ ਤੁਸੀਂ ਜੇ ਤੁਸੀਂ 960 ਘੰਟੇ ਨਾਲ ਕੰਮ ਕਰ ਲੈਂਦੇ ਹੋ ਤੇ ਉਹਦੇ ਵਿੱਚ ਕੋਅਪ ਵੀ ਗਿਣੀ ਜਾਂਦੀ ਹੈ ਤੇ ਹੋਰ ਵੀ ਆਫ ਕੈਂਪਸ ਔਨ ਕੈਂਪਸ ਜਿੰਨੇ ਵਰਕ ਸਟੂਡੈਂਟਸ ਕਰਦੇ ਆ ਡਿਊਰਿੰਗ ਸਟੱਡੀਜ਼ ਉਹ ਸਾਰੇ ਗਿਣੇ ਜਾਂਦੇ ਆ ਇਹਦੇ ਨਾਲ ਪਰਮਾਨੈਂਟ ਜੋਬ ਆਫਰ ਸਟੂਡੈਂਟ ਲੈ ਕੇ ਪੀ ਆਰ ਅਪਲਾਈ ਕਰ ਸਕਦਾ ਜਦੋਂ ਪੀ ਐਨ ਪੀ ਦੀਆਂ ਇੰਨੀਆਂ ਰਾਇਤਾਂ ਹੈਗੀਆਂ ਕਿ ਸਾਰਾ ਬੱਚਾ ਫਿਰ ਜਿਹੜਾ ਐਡਮਿਸ਼ਨ ਲੈਣ ਦੀ ਕੋਸ਼ਿਸ਼ ਕਰਦਾ ਕਿ ਪੀ ਐਨ ਪੀ ਵੱਲ ਜਾਵਾਂ ਜਾਂ ਕੋਰਸ ਅਵੇਲੇਬਲ ਨਹੀਂ ਹੁੰਦੇ ਸਭ ਤੋਂ ਪਹਿਲਾਂ ਤਾਂ ਸਟੂਡੈਂਟ ਨੂੰ ਮੈਂ ਇਹੀ ਕਹੂੰਗਾ ਕੋਰਸ ਉਹ ਚੂਜ਼ ਕਰਨ ਜਿਹੜਾ ਉਹਨਾਂ ਨੂੰ ਫਾਇਦੇਮੰਦ ਹੈ ਜਿਹੜਾ ਉਹਨਾਂ ਦਾ ਇੰਟਰਸਟ ਹੈਗਾ ਉਸ ਤੋਂ ਬਾਅਦ ਕੋਰਸ ਸ਼ਾਰਟਲਿਸਟ ਕਰ ਲੈਣ 3-4 ਕਾਲਜਸ ਦੇ ਵਿੱਚ ਉਸ ਤੋਂ ਬਾਅਦ ਆਪਣੇ ਪੀ ਆਰ ਦੀ ਆਪਸ਼ਨਸ ਦੇਖਣ ਕਿ ਉੱਥੇ ਕਿਹੜੀਆਂ ਕਿਹੜੀਆਂ ਹੈਗੀਆਂ ਜੋਬ ਪ੍ਰੋਸਪੈਕਟਸ ਦੇਖਣ ਉੱਥੇ ਅਨਇੰਪਲੋਇਮੈਂਟ ਰੇਟ ਕਿੰਨਾ ਹੈਗਾ ਉਸ ਪ੍ਰੋਵਿੰਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ ਪਲੱਸ ਫੋਰ ਐਗਜ਼ਾਮਪਲ ਓਨਟਾਰੀਓ ਪੀ ਐਨ ਪੀ ਓਨਟਾਰੀਓ ਪੀ ਐਨ ਪੀ ਦੇ ਵਿੱਚ ਬਹੁਤ ਵਧੀਆ ਰੂਲ ਹੈਗਾ ਜੇ ਤੁਸੀਂ 1 ਸਾਲ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕਰਦੇ ਹੋ 1 ਸਾਲ ਦਾ ਪੋਸਟ ਗ੍ਰੈਜੂਏਸ਼ਨ ਸਟੱਡੀਜ਼ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ 1 ਸਾਲ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਇਸ਼ੂ ਹੋ ਜਾਂਦਾ ਇਹਦੇ ਬੇਸ ਤੇ ਤੁਸੀਂ ਹੱਥ ਜੋਬ ਆਫਰ ਲਓ ਤਾਂ ਸਿੱਧਾ ਪੀ ਆਰ ਵੀ ਅਪਲਾਈ ਕਰ ਸਕਦੇ ਹੋ ਬਹੁਤ ਵਧੀਆ ਕੈਟੇਗਰੀ ਹੈ ਜਿਹੜੀ ਨਿਊ ਕੈਟੇਗਰੀ ਚ ਥੋੜੀ ਜਿਹੀ ਹਿੰਟ ਦੋਗੇ ਜਿਵੇਂ ਹੁਣ ਪਲੱਸ 1 ਦੀ ਸ਼ੁਰੂਆਤ ਹੋਣੀ ਹੈ ਕਈ ਬੱਚੇ ਨੇ ਐਡਮਿਸ਼ਨ ਲੈ ਲਈ ਕਈਆਂ ਨੇ ਲੈਣੀ ਹੈ ਕਈਆਂ ਕੋਲ ਆਪਸ਼ਨ ਹੁੰਦੀ ਹੈ ਕਿ 15 ਦਿਨ ਜਾਂ 30 ਦਿਨ ਜੇ ਤੁਸੀਂ ਆਪਣਾ ਸਬਜੈਕਟ ਬਦਲ ਸਕਦੇ ਹੋ ਆਰਟਸ ਵਾਲੇ ਨੂੰ ਫਿਰ ਦਰ ਦਰ ਤੱਕ ਕੇ ਖਾਣੇ ਪੈਂਦੇ ਨੇ ਹਰ ਕੋਈ ਕਹਿੰਦਾ ਤੁਹਾਡੇ ਸਬਜੈਕਟ ਠੀਕ ਨਹੀਂ ਹੈਗੇ ਜੀ ਤੁਸੀਂ ਫਿਜ਼ੀਕਲ ਰੱਖੀ ਹੋਈ ਹੈ ਪੰਜਾਬੀ ਲਿਟਰੇਚਰ ਰੱਖੀ ਹੋਈ ਹੈ ਹਿਸਟਰੀ ਰੱਖੀ ਹੋਈ ਹੈ ਇਹ ਸਾਰੀ ਗਲਤ ਹੈ ਮੇਰੇ ਅਕੋਰਡਿੰਗ ਇਨਫੋਰਮੇਸ਼ਨ ਨਹੀਂ ਮੈਂ ਸਵਾਲ ਇਹ ਪੈਦਾ ਕਰ ਰਿਹਾ ਕਿ ਕੀ ਬੱਚਿਆਂ ਨੂੰ ਥੋੜਾ ਸੁਜੈਸਟ ਕਰੋਗੇ ਕਿ ਕੁਝ ਕੋਰਸਸ ਪੰਜਾਂ ਦੇ ਵਿੱਚੋਂ ਕੋਈ 2 ਬੈਟਰ ਲੈ ਲੇ ਬੱਚਾ ਉਸ ਕੋਰਸਿਸ ਬਹੁਤ ਜ਼ਿਆਦਾ ਆਰਟਸ ਵਾਲਿਆਂ ਲਈ ਜਰਨਲਿਜ਼ਮ ਹੈ ਕ੍ਰਿਮੀਨੋਲੋਜੀ ਹੈ ਤੁਸੀਂ ਸਾਈਕੋਲੋਜੀ ਹੈ ਹਿਊਮਨ ਆਪਣੇ ਹਿਊਮਨ ਕੈਨੇਟਿਕਸ 'ਚ ਵੀ ਜਾ ਸਕਦੇ ਫਿਜ਼ੀਕਲ ਐਜੂਕੇਸ਼ਨ ਵਾਲੇ ਇਕਨੋਮਿਕਸ ਵਾਲੇ ਫਿਜ਼ੀਕਲ ਐਜੂਕੇਸ਼ਨ ਵਾਲੇ ਕੈਨੇਟਿਕਸ 'ਚ ਆ ਜਾਂਦੇ ਆ ਹੋਰ ਕੋਰਸਿਸ ਕ੍ਰੀਏਟਿਵ ਰਾਈਟਿੰਗ ਦੇ ਕੋਰਸਿਸ ਹੈਗੇ ਬਹੁਤ ਕੋਰਸਿਸ ਆ ਬੇਸ਼ੁਮਾਰ ਕੋਰਸਿਸ ਆ ਆਰਟਸ ਵਾਲਿਆਂ ਲਈ ਹੋਸਪਿਟੈਲਿਟੀ ਮੈਨੇਜਮੈਂਟ ਹੈਗੀ ਹੈ ਟੂਰਿਜ਼ਮ ਐਂਡ ਟਰੈਵਲ ਹੈਗੀ ਹੈ ਇਹ ਸਾਰੇ ਕੋਰਸਿਸ ਅਵੇਲੇਬਲ ਹੈਗੇ ਆ ਆਪਣੇ ਜਿਹੜੇ ਇੰਸਟੀਟਿਊਸ਼ਨਸ ਆ ਰਹੇ ਆ 19 ਤਰੀਕ ਨੂੰ ਸਟੂਡੈਂਟਸ ਜਿਹੜੇ ਹੈਗੇ ਚਾਹਵਨ ਆਰਟਸ ਵਾਲੇ ਮੈਡੀਕਲ ਦੇ ਬੇਸ਼ੁਮਾਰ ਕੋਰਸਿਸ ਹੈਗੇ ਆ ਵਿਦਆਊਟ ਮੈਥ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਬਹੁਤ ਆਪਸ਼ਨਸ ਦਿੱਤੀਆਂ ਜਾਣਗੀਆਂ ਸਟੂਡੈਂਟਸ ਨੂੰ ਇਹ ਹੈ ਕਿ ਉਹ ਆਪਣਾ ਟਾਈਮ ਕੱਢ ਕੇ ਆਉਣ ਇੱਕ ਇੱਕ ਕੁਸ਼ਚਨ ਲਿਖ ਕੇ ਆਉਣ ਪਹਿਲਾਂ ਹੀ ਸੋਚ ਕੇ ਆਉਣ ਕਿ ਆਹ ਕੁਸ਼ਚਨ ਇਹ ਕੁਐਰੀਜ਼ ਹੈਗੀਆਂ ਆਪਣੀ ਫੀਸ ਦੀ ਡਿਟੇਲਸ ਪੁੱਛਣ ਕੀ ਹੈਗੀਆਂ ਉੱਥੇ ਓਪਰਚੁਨਿਟੀਜ਼ ਕੀ ਹੈਗੀਆਂ ਕਾਲਜ ਬਾਰੇ ਪੁੱਛਣ ਉੱਥੇ ਕਾਲਜ ਦੇ ਵਿੱਚ ਕਿਹੜੀਆਂ ਫ੍ਰੀ ਫੈਸਿਲਿਟੀਜ਼ ਹੈਗੀਆਂ ਉਹ A to Z ਉਹਨਾਂ ਨੂੰ ਗਾਈਡੈਂਸ ਦਿੱਤੀ ਜਾਊਗੀ ਆਉਣ ਵਾਲਾ ਸਮਾਂ ਜਿਵੇਂ ਤੁਸੀਂ ਕਿਹਾ ਕਿ ਬਹੁਤ ਪ੍ਰੋਸੈਸਿੰਗ ਟਾਈਮ ਲੱਗੇਗਾ ਹਲੇ ਬੱਚੇ ਨੇ ਕਈਆਂ ਨੇ ਤਾਂ ਡੇਟ ਵੀ ਨਹੀਂ ਬੁੱਕ ਕਰਾਈਆਂ ਕਈਆਂ ਨੇ ਆਇਲਸ ਵੀ ਨਹੀਂ ਸ਼ੁਰੂ ਕੀਤੀ ਜੀ ਬੜਾ ਸੈਪਟੈਂਬਰ ਬੜਾ ਦੂਰ ਹੈ ਉਹਨਾਂ ਲਈ ਬਟ ਜਦੋਂ ਅਸੀਂ ਸਟੇਜਾਂ ਦੀ ਗੱਲ ਕਰਾਂਗੇ 1 by 1 step ਮਈ ਗਿਆ ਇਹਨੂੰ ਕਾਟਾ ਮਾਰ ਦਿਓ ਤੁਸੀਂ ਕਿਉਂਕਿ ਮਈ ਜਿਹੜਾ ਮਹੀਨਾ ਚੜ ਗਿਆ ਤੁਹਾਡੇ ਲਈ ਖਤਮ ਹੈਗਾ ਜੂਨ ਜੁਲਾਈ ਮੇਰੇ ਖਿਆਲ ਅਗਸਤ 3 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ ਸਾਰੇ ਦਾ ਸਾਰਾ ਜਿਹਦੇ ਵਿੱਚ ਤੁਸੀਂ ਆਇਲਸ ਵੀ ਕਰਨੀ ਹੈਗੀ ਕੰਡੀਸ਼ਨਲ ਆਫਰ ਲੈਟਰ ਵੀ ਆਣੀ ਹੈ GEC ਅਕਾਊਂਟ ਵੀ ਖੋਲ੍ਹਣਾ ਮੈਡੀਕਲ ਹੋਣੇ ਨੇ ਤੁਹਾਡੀ ਟਾਈਮ ਜਿਹੜਾ ਹੈਗਾ ਕੰਸਲਟੈਂਟਸ ਨੇ ਵੀ ਲੈਣਾ ਫਿਰ ਤੁਸੀਂ ਦੱਸਿਆ ਕਿ ਇਸ ਵਕਤ 5 ਹਫ਼ਤੇ ਇੱਕ ਲੈ ਰਹੀ ਹੈ ਕੋਈ ਡੈਡਲਾਈਨਸ ਆ ਗਈਆਂ ਮੈਂ ਮੇਰਾ ਜਿਹੜਾ ਸਵਾਲ ਸੀਗਾ ਡੈਡਲਾਈਨ ਹਾਲੇ ਤੱਕ ਨਹੀਂ ਆਈ ਆ ਬਟ ਇਹ ਹੈ ਕਿ ਆਫੀਸ਼ੀਅਲੀ ਉਹਨਾਂ ਦੀ ਵੈਬਸਾਈਟ ਤੇ ਕੈਨੇਡੀਅਨ ਗਵਰਨਮੈਂਟ ਦੀ ਵੈਬਸਾਈਟ ਤੇ ਇਹ ਲਿਖਿਆ ਆ ਰਿਹਾ ਕਿ ਜਿਹੜੀ ਪ੍ਰੋਸੈਸਿੰਗ ਟਾਈਮ ਕਰੰਟਲੀ ਹੈਗਾ ਉਹ 5 weeks ਲੱਗ ਰਿਹਾ ਠੀਕ ਹੈ ਇਹ ਵੱਧ ਵੀ ਸਕਦਾ ਉਹਨਾਂ ਨੇ ਇਹ ਵੀ ਲਿਖਿਆ ਅਕੋਰਡਿੰਗ ਟੂ ਇਨਟੇਕ ਆਫ ਐਪਲੀਕੇਸ਼ਨ ਤੇ ਓਬਵੀਅਸਲੀ ਉਹ ਇਨਟੇਕ ਜ਼ਿਆਦਾ ਆ ਰਿਹਾ ਇਸ ਵਾਰ ਐਪਲੀਕੇਸ਼ਨ ਉਹਨਾਂ ਕੋਲ ਬਹੁਤ ਜ਼ਿਆਦਾ ਜਾ ਰਹੀ ਹੈ ਕਾਰਨ ਕੀ ਹੈ ਕਾਰਨ ਇਹ ਹੈ ਕਿ ਲੋਕੀ ਬਾਹਰ ਜਾਣ ਨੂੰ ਜ਼ਿਆਦਾ ਹੈਗੇ ਕੈਨੇਡਾ ਜ਼ਿਆਦਾ ਜਾ ਰਿਹਾ ਗ੍ਰਾਫ ਬਾਹਰ ਜਾਣ ਦਾ ਵੱਧ ਗਿਆ ਬਾਕੀ ਦੇ ਦੇਸ਼ਾਂ 'ਚ ਮੇਰੇ ਖਿਆਲ ਪੋਜੀਸ਼ਨ ਟਾਈਟ ਹੋ ਗਈ ਹਾਂਜੀ ਮੇਨ ਚੀਜ਼ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਵੀ ਥੋੜੀ ਪੀ ਆਰ ਔਖੀ ਮਿਲ ਰਹੀ ਹੈ ਨਿਊਜ਼ੀਲੈਂਡ ਦੇ ਵਿੱਚ ਵੀ ਥੋੜੀ ਪੀ ਆਰ ਔਖੀ ਮਿਲ ਰਹੀ ਹੈ ਇਸ ਕਰਕੇ ਲੋਕੀ ਜ਼ਿਆਦਾ ਕੈਨੇਡਾ ਵੱਲ ਜਾ ਰਹੇ
या एहोजी सिटी जिहड़ियां सिटीज ओ जिहड़ियां ऑलरेडी ओवर पॉपुलेटेड ने या जिहड़ियां ऑलरेडी ज्यादा क्राउडेड ने, फिर मेरा उन्हां दा आंसर हुंदा कि जिन्नी पंजाब दी पॉपुलेशन आ उन्नी पूरे कैनेडा दी पॉपुलेशन ऑलमोस्ट सेम जिन्नी की आ, ते कैनेडा इंडिया तो तीन गुना बड़ी कंट्री है एरिया वाइज आ। ओह लोकेशन जिथे अपॉर्चुनिटीज अवेलेबल ने उत्थे स्टूडेंट ज्यादा सैटिस्फाई ने। फॉर एग्जाम्पल मैं टोरोंटो वैंकूवर नूं बुरा नहीं कह रहा, नो डाउट बहुत अच्छी सिटीज ने, काफ़ी अच्छी अपॉर्चुनिटीज भी होनगियां। फॉर एग्जाम्पल जे असीं गल करिए नर्दन लाइट्स कॉलेज है, दैट इज लोकेटेड इन 0% अनइंप्लॉयमेंट रेट एरिया, जिहड़ा एरिया ही 0% अनइंप्लॉयमेंट रेट एरिया जिहदी पॉपुलेशन 20-25,000 दे करीब आ। उत्थे जाके जिन्ने स्टूडेंट गए ने दे ऑल आर सैटिस्फाई, उस स्टूडेंट जाके ए नहीं कहिंदे चलो अज तो बाद एक वीक तो बाद दूजे कॉलेज चले जांदे आ, फिर तीजी सिटी चेंज कर लैंदे आ, फिर परमानेंट रेजिडेंसी लई फिर एक होर चीज। दो चीजां नेगेटिव और पॉजिटिव नहीं रहणगियां, जे एरिया च असीं घट आबादी वाले च जाने आ जी जी तां जॉब अपॉर्चुनिटीज घटदियां क्योंकि आबादी दे नाल ही जॉब हुंदी आ। दूजा पास इह वी हो जांदा जिथे आबादी घट हैगी आ बच्चा घट जांदा है ਤਾਂ ਉੱਥੇ ਕੰਪੀਟੀਸ਼ਨ ਵੀ ਘਟ ਜਾਂਦਾ ਹੈ। ਇਹਦੇ ਨਾਲ ਇੱਕ ਡਿਪੈਂਡ ਕਰਦਾ ਹੈ ਕਿ ਜਿਸ ਫੋਰ ਐਗਜ਼ਾਮਪਲ ਜੇ ਅਸੀਂ ਗੱਲ ਕਰੀਏ ਸਿਡਨੀ, ਸਿਡਨੀ ਇਜ਼ ਅ ਸੈਕਿੰਡ ਲਾਰਜੈਸਟ ਸਿਟੀ ਆਫ ਨੋਵਾ ਸਕੋਸ਼ੀਆ, ਉੱਥੇ ਅਰਾਊਂਡ 25,000 ਦੇ ਕਰੀਬ ਉਹਨਾਂ ਦੀ ਪਾਪੂਲੇਸ਼ਨ ਆ, ਬਟ ਇੰਪਲੋਇਮੈਂਟ ਓਪਰਚੁਨਿਟੀਜ਼ ਵਾਈਜ਼ ਉਹਨਾਂ ਕੋਲ ਸਾਰੀ ਫੈਸਿਲਿਟੀਜ਼ ਅਵੇਲੇਬਲ ਨੇ। ਜੇ ਆਪਾਂ ਫੋਰਟ ਸੇਂਟ ਜੋਨ ਡੌਸਨ ਦੀ ਗੱਲ ਕਰੀਏ ਕਾਫੀ ਫੈਸਿਲਿਟੀਜ਼ ਉਹਨਾਂ ਕੋਲ ਅਵੇਲੇਬਲ ਆ, ਬਟ ਡਿਪੈਂਡ ਕਰਦਾ ਉੱਥੇ ਰਸ਼ ਘੱਟ ਆ, ਪਰਸਨਲ ਟੈਂਸ਼ਨ ਆ। ਅਸੀਂ ਜਨਰਲੀ ਯੂਨੀਵਰਸਿਟੀਜ਼ ਦੇ ਬਾਰੇ ਸੋਚਦੇ ਹਾਂ, ਉਹ ਯੂਨੀਵਰਸਿਟੀਜ਼ ਦੀ ਫੀਸ ਆਲਮੋਸਟ 20,000-40,000 ਦੇ ਕਰੀਬ ਹੋਏਗੀ, ਬਟ ਇੱਕ ਯੂਨੀਵਰਸਿਟੀ ਜਿਹੜੀ ਕਿ ਕਾਲਜਿਸ SPP ਕਾਲਜਿਸ ਦੇ ਬਰਾਬਰ ਫੀਸ ਰੱਖਦੀ ਆ, ਜਿਹੜੀ ਕਿ ਅਰਾਊਂਡ $7,000 ਦੇ ਕਰੀਬ ਫੀਸ ਹੈ ਜੋ ਜਨਰਲੀ ਸ਼ਹਿਰ ਛੱਡ ਕੇ, ਸ਼ਹਿਰ ਛੱਡ ਕੇ ਜੇ ਅਸੀਂ ਕਿਸੇ ਸਟੇਟ ਦੀ ਪਾਲਿਸੀ ਦੀ ਗੱਲ ਕਰੀਏ ਜਿਵੇਂ PNP ਕਰਦੇ ਹਾਂ ਜਾਂ ਬਾਕੀ ਦੀਆਂ ਜਿਹੜੀਆਂ ਬੱਚਿਆਂ ਨੂੰ ਫੈਸਿਲਿਟੀਜ਼ ਮਿਲਣੀਆਂ ਚਾਹੇ ਉਹ ਪੱਕੇ ਹੋਣ ਤੋਂ ਬਾਅਦ ਦੀਆਂ ਹੀ ਅਸੀਂ ਰੱਖ ਲਈਆਂ ਨਾ, ਆਪਸ਼ਨਸ ਹੋਣਗੀਆਂ ਜਿਹੜੀਆਂ ਫੈਸਿਲਿਟੀਜ਼ ਹੋਣਗੀਆਂ, ਉਸ ਸਟੇਟ ਮੁਤਾਬਕ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਉਹਦੇ ਲਈ ਬੈਟਰ ਕਿਹੜੀਆਂ ਸਟੇਟਸ ਨੇ? ਦੇਖੋ ਟੂ ਬੀ ਫਰੈਂਕ, ਮੈਂ ਯੂਨੀਵਰਸਿਟੀ ਕਾਲਜ ਦਾ ਰਿਪ੍ਰੈਜੈਂਟੇਟਿਵ ਹੁੰਦੇ ਹੋਏ ਮੈਂ PR ਦੇ ਪਾਰਟ ਤੇ ਨਹੀਂ ਮੈਂ ਜ਼ਿਆਦਾ ਬੋਲ ਸਕਦਾ, PR ਦੇ ਵਾਸਤੇ ਸ਼ਵਿੰਦਰ ਨੇ ਤੁਹਾਨੂੰ ਆਲਰੇਡੀ ਕਾਫੀ ਅੱਛਾ ਗਾਈਡ ਕਰ ਦਿੱਤਾ ਜਾਂ ਕਰ ਦੇਣਗੇ ਜੀ, ਬਟ ਮੇਰੇ ਮੁਤਾਬਕ ਡਿਪੈਂਡ ਕਰਦਾ ਹਰ ਇੱਕ ਸਟੂਡੈਂਟ ਨੂੰ ਆਪਣੇ ਬਾਰੇ ਕਿਸ ਕੰਟਰੀ ਜਾ ਰਹੇ ਹਾਂ, ਕਿਹੜੀ ਸਟੇਟ ਜਾ ਰਹੇ ਹਾਂ, ਕਿਸ ਸਿਟੀ, ਕਿਹੜੇ ਕਾਲਜ ਜਾਂ ਯੂਨੀਵਰਸਿਟੀ, ਕਿਹੜੇ ਪ੍ਰੋਗਰਾਮ, ਉਹਦੇ ਰਿਗਾਰਡਿੰਗ ਹਰ ਇੱਕ ਚੀਜ਼, ਹਰ ਉਹਦੇ ਪੌਂਸ ਕੌਂਸ ਚੈੱਕ ਕਰਕੇ ਫਿਰ ਹੀ ਉਹਨੂੰ ਅਪਲਾਈ ਕਰਨਾ ਚਾਹੀਦਾ। ਇਹ ਵੀ ਹੈ ਸ਼ਵਿੰਦਰ ਜੀ ਕਿ ਤੁਹਾਡੇ ਵਾਲੀ ਮਾਜ ਨੂੰ ਕਿ ਫੋਰ ਐਗਜ਼ਾਮਪਲ ਬੱਚੇ ਦਾ ਸਬਜੈਕਟ ਜਿਹੜਾ ਹੈਗਾ ਅਪਲਾਈਡ ਟੈਕਨੋਲੋਜੀਜ਼, ਮੈਂ ਨਿਊਜ਼ੀਲੈਂਡ ਦੀ ਐਗਜ਼ਾਮਪਲ ਦੇ ਦੇਣਾ, ਉਹ ਦੌੜਦਾ ਰੋਟੋਰੂਆ ਵੱਲ, ਆਪਸ਼ਨਸ ਬਹੁਤ ਨੇ ਉੱਥੇ ਜੀ, ਉਹਦੇ ਕੋਲ ਜੋਬ ਓਪਰਚੁਨਿਟੀਜ਼ ਵੀ ਹੈਗੀਆਂ, ਇੱਕ ਕਾਲਜ ਇੱਛਾ ਹੈਗਾ। ਕੀ ਕੈਨੇਡਾ ਦੇ ਵੀ ਇਸ ਫਾਰਮੂਲੇ ਨੂੰ ਅਪਲਾਈ ਕਰ ਸਕਦੇ ਹਾਂ ਅਸੀਂ ਕਿ ਫਲਾਣਾ ਕੋਰਸ ਫਲਾਣੇ ਸ਼ਹਿਰ 'ਚ ਬਹੁਤ ਕਾਮਯਾਬ ਹੈ? ਹਾਂਜੀ 100%, ਜਿਵੇਂ ਇਹਨਾਂ ਨੇ ਗੱਲ ਕੀਤੀ ਪੈਟਰੋਲੀਅਮ ਇੰਜੀਨੀਅਰਿੰਗ, ਇੱਕ NLC ਦਾ ਕੋਰਸ ਆ ਨਾਰਦਰਨ ਲਾਈਟਸ ਕਾਲਜ ਦਾ, ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ, ਉਹਦੇ ਵਿੱਚ ਮੈਂ ਸਟੂਡੈਂਟਸ ਭੇਜਿਆ, ਕਾਫੀ ਹਾਰਡ ਕੋਰਸ ਗਿਣਿਆ ਜਾਂਦਾ ਇਹ, ਲਗਾਤਾਰ ਕੋਰਸ ਹੈਗਾ 15 ਮਹੀਨਿਆਂ ਦਾ, ਇਹਦੇ ਵਿੱਚ ਫੀਸ ਵੀ ਉਹ ਪਹਿਲਾਂ ਹੀ ਲੈ ਲੈਂਦੇ ਆ ਸਾਰੀ ਦੀ ਸਾਰੀ। ਇਹ ਅਵਾਰਡ ਵਿਨਿੰਗ ਕੋਰਸ ਆ, ਅਪਰੋਕਸੀਮੇਟਲੀ 14 ਸੀਟਸ ਦਿੰਦੇ ਆ ਇਹ ਇੱਕ ਇਨਟੇਕ ਦੇ ਵਿੱਚ, ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਜਿਹੜਾ ਕਿ ਵਧੀਆ ਕੋਰਸ ਦੀਆਂ ਨਿਸ਼ਾਨੀਆਂ ਹੁੰਦੀਆਂ। ਇਹ ਤੋਂ ਬਾਅਦ ਸਟੂਡੈਂਟਸ ਨੂੰ ਇੱਕ ਓਪਰਚੁਨਿਟੀ ਮਿਲ ਜਾਂਦੀ ਹੈ, ਇੱਕ ਲਾਇਸੈਂਸਿੰਗ ਅਥਾਰਟੀ ਮਿਲ ਸਕਦੀ ਹੈ ਜਿਹਦੇ ਬੇਸ 'ਤੇ ਉਹ ਇੱਕ ਐਗਜ਼ਾਮ ਕਲੀਅਰ ਕਰ ਸਕਦੇ ਆ। ਉਹ ਐਗਜ਼ਾਮ ਜਦੋਂ ਕਲੀਅਰ ਕਰ ਲੈਂਦੇ ਆ ਤਾਂ ਉਹਨਾਂ ਨੂੰ ਜੋਬ ਓਪਰਚੁਨਿਟੀਜ਼ ਬੇਸ਼ੁਮਾਰ ਮਿਲਦੀਆਂ, ਕਿਉਂਕਿ ਉਹਦੇ ਬੇਸ 'ਤੇ ਹੀ ਤੁਸੀਂ ਇੱਕ ਏਅਰਪੋਰਟ ਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਡੇ ਸਿਗਨੇਚਰ ਤੋਂ ਬਿਨਾਂ ਤੁਹਾਡਾ ਪਲੇਨ ਟੇਕ ਆਫ ਨਹੀਂ ਹੋ ਸਕਦਾ। ਜੀ, ਹੁਣ 19 ਬਾਰੇ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ? ਬੱਚਿਆਂ ਨੂੰ ਮਤਲਬ ਮੇਰਾ ਸਵਾਲ ਇਹ ਹੈ ਕਿ ਜਦੋਂ ਸੈਮੀਨਾਰ 'ਚ ਬੱਚਾ ਜਾਂਦਾ ਉਹਦੇ ਮਨ 'ਚ ਇੱਕੋ ਹੋੜ ਹੁੰਦੀ ਵੀ 5,000 ਰੁਪਏ ਬਚ ਰਿਹਾ, ਐਡਮਿਸ਼ਨ ਲੈ ਕੇ ਆ ਜਾਵਾਂਗੇ। ਜੀ, ਇਸ ਤੋਂ ਇਲਾਵਾ ਮਤਲਬ ਬੱਚੇ ਲਈ ਕੀ ਓਪਰਚੁਨਿਟੀ ਹੈ ਕਿ ਕਾਲਜ ਤੁਹਾਡੇ ਰੂਬਰੂ ਹੋ ਰਿਹਾ ਜਾਂ ਉਹਦਾ ਰਿਪ੍ਰੈਜੈਂਟੇਟਿਵ ਰੂਬਰੂ ਹੋ ਰਿਹਾ, ਬੱਚੇ ਨੂੰ ਐਕਚੁਅਲ ਸਵਾਲ ਕੀ ਪੁੱਛਣਾ ਚਾਹੀਦਾ? ਰਣਵੀਰ, ਮੇਰੇ ਮੁਤਾਬਕ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਜਦੋਂ ਸਟੂਡੈਂਟ, ਬਿਕੋਜ਼ ਅਲਟੀਮੇਟਲੀ ਇੰਡੀਆ ਤੋਂ ਉਹਨਾਂ ਦਾ ਮੇਨ ਮੁੱਠਾ ਹੁੰਦਾ ਇੱਕ ਇਹੋ ਜਿਹਾ ਪ੍ਰੋਗਰਾਮ, 5,000 ਜਾਂ 10,000 ਮੈਟਰ ਨਹੀਂ ਕਰਦਾ ਕਿਸੇ ਵੀ ਸਟੂਡੈਂਟ ਲਈ। ਜੇ ਨਰਦਨ ਲਾਈਟਸ ਦੇ ਕਾਲਜ ਦੀ ਫੀਸ 2,20,000 ਦੇ ਕਰੀਬ ਆ, ਤੇ ਜਿਹੜਾ ਕਪਲ ਆਫ ਇੰਸਟੀਟਿਊਟ ਜਿਹਨਾਂ ਦੀ ਫੀਸ ਇੱਕ ਸਮੈਸਟਰ ਦੀ ਅਰਾਊਂਡ 4-4.5 ਲੱਖ ਦੇ ਕਰੀਬ ਵੀ ਹੈਗੀ ਆ, ਬਟ ਜਿਹੜਾ ਸਟੂਡੈਂਟ ਇੰਨੇ ਸਾਰੇ ਇਨਵੈਸਟ ਕਰਕੇ ਜਾ ਰਿਹਾ ਉਹ ਇੱਕ ਇਹੋ ਜਿਹਾ ਪ੍ਰੋਗਰਾਮ, ਇੱਕ ਇਹੋ ਜਿਹੀ ਆਪਸ਼ਨ ਦੇਖਣ ਜਾ ਰਿਹਾ ਜਿਹੜੇ ਕਿ ਉਹਨਾਂ ਲਈ ਸਟੂਡੈਂਟ ਪਰਮਿਟ ਦੇ ਨਾਲ ਉਹਨਾਂ ਦਾ ਫਿਊਚਰ, ਉਸਦੇ ਸਟੱਡੀ ਦੇ ਦੌਰਾਨ ਉਹਨਾਂ ਲਈ ਇੰਪਲੋਇਮੈਂਟ ਓਪਰਚੁਨਿਟੀ, ਸਟੱਡੀ ਤੋਂ ਬਾਅਦ ਵੀ ਉਹਨਾਂ ਲਈ ਕੈਰੀਅਰ ਪ੍ਰੋਸਪੈਕਟ ਮੇਨਟੇਨ ਹੋਣ। ਉਹਨਾਂ ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਉਹ ਕੀ ਇੱਕ ਇਹੋ ਜਿਹੇ ਏਜੰਟ ਦੇ ਥਰੂ ਅਪਲਾਈ ਕਰ ਰਿਹਾ ਕਿ ਉਹ ਡਾਇਰੈਕਟ ਉਹਨਾਂ ਦਾ ਯੂਨੀਵਰਸਿਟੀ ਜਾਂ ਕਾਲਜਿਸ ਦੇ ਡਾਇਰੈਕਟਲੀ ਲਿੰਕ ਹੈ ਜਾਂ ਨਹੀਂ, ਉਹ ਤੋਂ ਬਾਅਦ ਉਹਨਾਂ ਲਈ ਕੀ ਕੈਰੀਅਰ ਪ੍ਰੋਸਪੈਕਟ। ਹਰ ਇੱਕ ਪ੍ਰੋਗਰਾਮ, ਹਰ ਇੱਕ ਸਬਜੈਕਟ ਦੇ ਆਪਣੀ ਆਪਣੀ ਡਿਟੇਲ ਦੇ ਵਿੱਚ ਐਕਸਪਲੇਨ ਕਰਨ ਦੇ ਵਾਸਤੇ ਇੱਕ ਉਹ ਪਰਟੀਕੁਲਰ ਚੀਜ਼ ਨੂੰ ਸਟੱਡੀ ਕਰਨ ਦੀ ਜ਼ਰੂਰਤ ਹੁੰਦੀ। ਵੀ ਪੀਪਲ ਆਰ ਫਰੋਮ ਦੀ ਇੰਸਟੀਟਿਊਸ਼ਨ, ਵੀ ਆਰ ਦੀ ਰਿਪ੍ਰੈਜੈਂਟੇਟਿਵ। ਇਸ਼ਵਿੰਦਰ ਹੈਜ਼ ਸਟੱਡੀਡ ਫਰੋਮ ਦੀ ਕੈਨੇਡਾ ਇਟਸੈਲਫ ਫੋਰ ਦੀ ਇਮੀਗ੍ਰੇਸ਼ਨ ਪਾਰਟ। ਇਹਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਨਾਲ ਲੈ ਕੇ ਆਉਂਦੇ ਹੋ, ਸਭ ਤੋਂ ਇੰਪੋਰਟੈਂਟ ਰਹਿੰਦਾ ਆ ਉਹ ਚੀਜ਼ ਨੂੰ ਫਰਦਰ ਤੁਹਾਡੇ ਫਿਊਚਰ ਕੈਰੀਅਰ ਦੇ ਲਈ ਇੱਕ ਸਹੀ ਸਲਾਹ ਦੇਣੀ, ਬਿਕੋਜ਼ ਅਕਸਰ ਸਟੂਡੈਂਟ ਆਰ ਨੋਟ ਅਵੇਅਰ। ਅੱਛਾ, ਮੇਰੇ ਰਿਲੇਟਿਵਸ ਨੇ ਇਹ ਕੀਤਾ ਜਾਂ ਮੇਰੇ ਰਿਲੇਟਿਵਸ ਨੇ ਅੱਗੇ ਰਿਕਮੈਂਡ ਕਰਤਾ, ਵੀ ਆਰ ਜਸਟ ਕਲੀਅਰ ਵਿਦ ਦੈਟ ਕਿ ਹਾਂ ਅਸੀਂ ਇਹੀ ਕਰ ਸਕਦੇ ਹਾਂ। ਬਟ ਜਿਹੜੇ ਸਟੂਡੈਂਟ ਜਦੋਂ ਡਾਇਰੈਕਟਲੀ ਇੰਟਰੈਕਸ਼ਨ ਕਰਦੇ ਨੇ ਯੂਨੀਵਰਸਿਟੀ ਕਾਲਜ ਰਿਪ੍ਰੈਜੈਂਟੇਟਿਵ ਨਾਲ ਜਾਂ ਮੈਂ ਉਹਨਾਂ ਨੂੰ ਜਦੋਂ ਵੀ ਪਰਸਨਲੀ ਗਾਈਡ ਕਰਦਾ, ਹਰ ਇੱਕ ਸਟੂਡੈਂਟ ਉਹ ਚੀਜ਼ ਲਈ ਸੈਟਿਸਫਾਈ ਨੇ ਤੇ ਮੈਂ ਇਸ ਚੀਜ਼ ਨੂੰ ਪ੍ਰਾਊਡ ਵੀ ਫੀਲ ਕਰਦਾ। ਤੁਸੀਂ ਅਸ਼ਵਿੰਦਰ ਜੀ ਕੀ ਸਲਾਹ ਦਿਓਗੇ ਬਤੌਰ ICCRC ਮੈਂਬਰ, ਬੱਚੇ
ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਪਲਾਈ ਕਰਨ ਤੋਂ ਪਹਿਲਾਂ? ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਰੈਪਰੈਜ਼ੈਂਟੇਟਿਵ ਆ ਉਹਦੀ ਕ੍ਰੈਡੈਂਸ਼ੀਅਲਸ ਚੈੱਕ ਕਰਨੀਆਂ ਬਹੁਤ ਜ਼ਰੂਰੀ ਆ। ਮੇਕ ਸ਼ੋਰ ਦ ਰੈਪਰੈਜ਼ੈਂਟੇਟਿਵ ਇਜ਼ ਲੀਗਲੀ ਆਥੋਰਾਈਜ਼ਡ ਫਰੋਮ ਕੈਨੇਡੀਅਨ ਗਵਰਨਮੈਂਟ ਕਿ ਉਹ ਤੁਹਾਨੂੰ ਲੀਗਲੀ ਰੈਪਰੈਜ਼ੈਂਟ ਕਰ ਸਕਦਾ ਐਮਬੈਸੀ ਦੇ ਵਿੱਚ, ਤੁਹਾਡਾ ਲਾਇਸੈਂਸ ਉਹਦੇ ਕੋਲ ਲਾਇਸੈਂਸ ਹੈਗਾ ਕਿ ਨਹੀਂ ਹੈਗਾ। ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਲਿਮਿਟਿਡ ਹੀ ਰੈਪਰੈਜ਼ੈਂਟੇਟਿਵਸ ਹੈਗੇ ਆ ਜਿਹੜੇ ਕਿ ਇਹ ਕੰਮ ਕਰ ਰਹੇ ਆ। ਸੈਕਿੰਡ ਥਿੰਗ ਇਜ਼ ਆਪਣਾ ਜਿਹੜਾ ਕਾਲਜ ਅਤੇ ਯੂਨੀਵਰਸਿਟੀ ਹੈਗਾ ਉਹ ਚੂਜ਼ ਕਰੋ ਅਕੋਰਡਿੰਗਲੀ ਤੁਹਾਡਾ ਕੋਰਸ ਦੇ ਅਕੋਰਡਿੰਗਲੀ। ਥਰਡ ਥਿੰਗ ਇਜ਼ ਆਪਣਾ ਬਜਟ ਦੇਖ ਕੇ ਚੱਲੋ ਕਿੰਨਾ ਬਜਟ ਹੈਗਾ ਤੁਹਾਡਾ। ਫੋਰਥ ਥਿੰਗ ਇਜ਼ ਆਪਣਾ ਜਿਹੜੇ ਉੱਥੇ ਰਹਿਣ ਸਹਿਣ ਦਾ ਤਰੀਕਾ ਹੈਗਾ ਉਹ ਕਿਸ ਤਰੀਕੇ ਨਾਲ ਹੈਗਾ, ਤੁਸੀਂ ਉੱਥੇ ਵੈਦਰ ਵਾਈਜ਼ ਅਡੋਪਟ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਕਈ ਚੀਜ਼ਾਂ ਬਹੁਤ ਕਈ ਜਗ੍ਹਾਵਾਂ ਬਹੁਤ ਜ਼ਿਆਦਾ ਠੰਡੀਆਂ, ਕਈ ਇੰਨੀਆਂ ਠੰਡੀਆਂ ਨਹੀਂ ਹੈਗੀਆਂ। ਸੋ ਉਹ ਅਕੋਰਡਿੰਗਲੀ ਉਹਨਾਂ ਨੂੰ ਦੇਖਣਾ ਚਾਹੀਦਾ ਪਹਿਲਾਂ ਪਹਿਲਾਂ ਕੀ ਕੁਛ ਉਹਨਾਂ ਨੂੰ ਪ੍ਰੈਪਰੇਸ਼ਨ ਕਰਨੀ ਚਾਹੀਦੀ ਹੈ ਜਾਣ ਤੋਂ ਪਹਿਲਾਂ। ਕੰਡੀਸ਼ਨਲ ਆਫਰ ਲੈਟਰ ਕਦੋਂ ਅਪਲਾਈ ਕਰਨੀ ਚਾਹੀਦੀ ਹੈ, ਉਹ ਜਲਦੀ ਤੋਂ ਜਲਦੀ ਅਪਲਾਈ ਕਰਨੀ ਚਾਹੀਦੀ ਹੈ। ਆਪਣੇ ਪੇਰੈਂਟਸ ਨਾਲ ਆਓ, ਇਹ ਚੀਜ਼ਾਂ ਸਾਰੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਮੈਟਰ ਕਰਨਗੀਆਂ ਜਦੋਂ ਉਹ ਆਪਣਾ ਕੇਸ ਲਈ ਤਿਆਰੀ ਕਰਨਗੇ। ਸ਼ਿੰਦਰ ਜੀ ਥੈਂਕ ਯੂ, ਪਲਵ ਜੀ ਤੁਹਾਡਾ ਵੀ ਸ਼ੁਕਰੀਆ। ਔਰ 19 ਤਰੀਕ ਬਾਰੇ ਇੱਕ ਵਾਰੀ ਡਿਟੇਲ ਤੁਸੀਂ ਟੀਵੀ ਸਕਰੀਨ ਤੋਂ ਪੜ੍ਹ ਸਕਦੇ ਹੋ। 19 ਤਰੀਕ ਨੂੰ ਜਿਹੜਾ ਸ਼ਵਿੰਦਰ ਜਿਹਨਾਂ ਦਾ ਦਫ਼ਤਰ ਹੈਗਾ ਵਿਜ਼ਡਮ ਇਮੀਗ੍ਰੇਸ਼ਨ ਦਾ, ਉਹਦੇ ਵਿੱਚ ਜਿਹੜੀ ਹੈਗੀ ਹੈ ਇਹ ਔਰਗਨਾਈਜ਼ ਕੀਤਾ ਜਾ ਰਿਹਾ ਹੈ ਸੈਮੀਨਾਰ। ਵੱਖ ਵੱਖ ਕਾਲਜ ਅਤੇ ਵੱਖ ਵੱਖ ਯੂਨੀਵਰਸਿਟੀਆਂ ਪਹੁੰਚ ਰਹੇ ਨੇ, ਮੌਕੇ 'ਤੇ ਤੁਸੀਂ ਦਾਖਲਾ ਲੈ ਸਕਦੇ ਹੋ, ਕੰਡੀਸ਼ਨਲ ਆਫਰ ਲੈਟਰ ਲੈ ਸਕਦੇ ਹੋ। ਹੋਰ ਜਾਣਕਾਰੀ ਹੈ ਮੈਂ ਤਾਂ ਕਹੂੰਗਾ ਕੰਡੀਸ਼ਨਲ ਆਫਰ ਲੈਟਰ ਤੋਂ ਵੀ ਥੋੜ੍ਹਾ ਜਿਹਾ ਉੱਪਰ ਉੱਠ ਕੇ ਹੋਰ ਜਿਹੜੀ ਵਧੇਰੇ ਜਾਣਕਾਰੀ ਹੈਗੀ ਉਹਦੇ ਲਈ ਆਪਣਾ ਅੱਧਾ ਘੰਟਾ ਕੱਢ ਕੇ ਜ਼ਰੂਰ ਜਾਓ, ਅਪੁਆਇੰਟਮੈਂਟ ਜਿਹੜੀ ਹੈਗੀ ਬੁੱਕ ਕਰਵਾ ਲਓ। ਸ਼ੋਅ ਦੁਆਰਾ ਦੇਖਣਾ ਚਾਹੁੰਦੇ ਕੱਲ੍ਹ ਨੂੰ ਇਹ ਸ਼ੋਅ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੱਕ ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਸ਼ੁਕਰੀਆ ਧੰਨਵਾਦ। ਵਿਜ਼ਡਮ ਇਮੀਗ੍ਰੇਸ਼ਨ ਕੰਸਲਟੈਂਸੀ ਲੈ ਕੇ ਆ ਰਿਹਾ ਹੈ ਕੈਨੇਡਾ ਐਜੂਕੇਸ਼ਨ ਫੇਅਰ ਅਤੇ ਐਡਮਿਸ਼ਨਜ਼ ਵਰਕਸ਼ਾਪ। ਇਹੀ ਸਹੀ ਵਕਤ ਹੈ ਜਦ ਤੁਸੀਂ ਵੱਖ-ਵੱਖ ਖੇਤਰਾਂ ਵਿੱਚ ਜਿਵੇਂ ਕਿ ਆਰਟਸ, ਮੈਨੇਜਮੈਂਟ, ਬੈਂਕਿੰਗ, ਇੰਜੀਨੀਅਰਿੰਗ, ਮੈਡੀਕਲ, ਡਿਜ਼ਾਈਨਿੰਗ, ਹਸਪਿਟੈਲਿਟੀ ਅਤੇ ਰਿਸਰਚ ਵਿੱਚ ਬੈਸਟ ਕੋਰਸਿਸ ਸਿਲੈਕਟ ਕਰਕੇ ਆਪਣਾ ਕਰੀਅਰ ਬਣਾ ਸਕਦੇ ਹੋ। ਪਰ ਵਿਦੇਸ਼ਾਂ 'ਚ ਰਹਿ ਕੇ ਪੜ੍ਹਨਾ ਤੁਹਾਨੂੰ ਮਹਿੰਗਾ ਨਾ ਪਵੇ, ਇਸ ਲਈ ਕੋਆਪਰੇਟਿਵ ਸਟੱਡੀ ਯਾਨੀ ਕਿ ਪੜ੍ਹਾਈ ਦੇ ਨਾਲ ਨਾਲ ਕਮਾਈ ਕਰਕੇ ਆਪਣੇ ਖਰਚੇ ਕੱਢਣ ਦੀ ਤੇ ਪੜ੍ਹਾਈ ਤੋਂ ਬਾਅਦ PR ਲੈਣ ਦੇ ਵੱਖ-ਵੱਖ ਤਰੀਕਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਇਸ ਲਈ ਤੁਹਾਨੂੰ ਸਹੀ ਵੀਜ਼ਾ ਗਾਈਡੈਂਸ ਤੇ ਹਰ ਤਰ੍ਹਾਂ ਦੀ ਕਾਨੂੰਨੀ ਜਾਣਕਾਰੀ ਦੀ ਸਖਤ ਜ਼ਰੂਰਤ ਹੈ ਜੋ ਕਿ ਤੁਹਾਨੂੰ ਕੈਨੇਡਾ ਤੇ ਭਾਰਤ ਸਰਕਾਰ ਤੋਂ ਮਨਜ਼ੂਰ ਸ਼ੁਦਾ ਤੇ ICCRC ਦੇ ਮੈਂਬਰ ਮਿਸਟਰ ਇਸ਼ਵਿੰਦਰ ਵੜੈਚ ਤੋਂ ਮਿਲ ਸਕਦੀ ਹੈ। ਤੁਸੀਂ IELTS +2 ਡਿਪਲੋਮਾ ਤੇ ਡਿਗਰੀ ਦੇ ਰਿਜ਼ਲਟਸ ਤੋਂ ਬਿਨਾਂ ਵੀ ਆਫਰ ਲੈਟਰ ਲਈ ਅਪਲਾਈ ਕਰ ਸਕਦੇ ਹੋ। +2 ਪਾਸ ਜਾਂ ਕਰ ਰਹੇ ਸਟੂਡੈਂਟਸ ਲਈ ਕੈਨੇਡਾ ਦੇ ਬੈਸਟ ਕਾਲਜਸ ਐਂਡ ਯੂਨੀਵਰਸਿਟੀਜ਼ ਜਿਵੇਂ ਕਿ ਸੇਂਟ ਲਾਰੈਂਸ ਕਾਲਜ, ਸੈਲਕਰਕ ਕਾਲਜ, ਨਾਰਦਰਨ ਲਾਈਟਸ ਕਾਲਜ, ਕੇਪ ਬ੍ਰਿਟਨ ਯੂਨੀਵਰਸਿਟੀ, ਕਾਲਜ ਆਫ ਦ ਰੌਕੀਜ਼, ਲੇਕਲੈਂਡ ਕਾਲਜ ਤੇ ਪਾਰਕਲੈਂਡ ਕਾਲਜ ਵਿੱਚ ਪੜ੍ਹਨ ਦਾ ਸੁਨਹਿਰੀ ਮੌਕਾ ਹੈ। ਸੋ 19 ਮਈ ਨੂੰ ਆਪਣੇ ਅਕੈਡਮਿਕ ਦਸਤਾਵੇਜ਼ ਤੇ ਪੇਰੈਂਟਸ ਨਾਲ ਵਿਜ਼ਡਮ ਪਹੁੰਚੋ ਤੇ ਆਪਣੇ ਸੁਪਨਿਆਂ ਵੱਲ ਇੱਕ ਕਦਮ ਵਧਾਓ।